ਕਥਾਕਾਰ ਗਿਆਨੀ ਗੁਰਜੀਤ ਸਿੰਘ ਜੀ ਪਟਿਆਲੇ ਤੋਂ ਉਹਨਾਂ ਨਾਲ ਕਰਾਉਣ ਜਾ ਰਹੇ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਸਾਰਿਆਂ ਦਰਸ਼ਕਾਂ ਨੂੰ ਤੁਹਾਨੂੰ ਗੁਰਫਤਿਹ ਪ੍ਰਵਾਨ ਹੋਵੇ। ਹਾਂਜੀ ਜੀ ਭਾਈ ਸਾਹਿਬ, ਸਭ ਤੋਂ ਪਹਿਲਾਂ ਸਾਡਾ ਪ੍ਰਸ਼ਨ ਇਹ ਆ ਕਿ ਤੁਸੀਂ ਇੱਕ ਪੰਥ ਦੇ ਪ੍ਰਚਾਰਕ ਹੋ, ਇਸ ਧਰਮ ਵਾਲੇ ਪਾਸੇ ਤੁਸੀਂ ਕਦੋਂ ਆਏ ਤੇ ਕਦੋਂ ਪ੍ਰਚਾਰ ਸ਼ੁਰੂ ਕੀਤਾ? ਭਾਈ ਸਾਹਿਬ ਧਰਮ ਵਾਲੇ ਪਾਸੇ 1998 ਦੇ ਵਿੱਚ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਫਿਰ ਗੁਰਬਾਣੀ ਦੀ ਸੰਥਿਆ ਕੀਤੀ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਉਹਨਾਂ ਦੇ ਕੋਲੋਂ, ਸੋਧੀ ਜੀ ਦੇ ਕੋਲੋਂ। ਅਤੇ ਸੰਥਿਆ ਕਰਨ ਤੋਂ ਬਾਅਦ ਫਿਰ ਇਹ ਸੀਗਾ ਵੀ ਹੁਣ ਕੋਈ ਜਿਹੜਾ ਬੰਦਾ ਗਹਿਰਾਈ ਦੇ ਵਿੱਚ ਇਹਨਾਂ ਦੇ ਅਰਥਾਂ ਨੂੰ ਪ੍ਰਚਾਰ ਰਿਹਾ ਹੋਵੇ ਜਾਂ ਜਾਣਦਾ ਹੋਵੇ, ਉਹਨਾਂ ਦੇ ਕੋਲੋਂ ਆਪਾਂ ਗਹਿਰਾਈ ਦੇ ਵਿੱਚ ਅਰਥ ਵੀ ਸਮਝਣ ਦੀ ਕੋਸ਼ਿਸ਼ ਕਰੀਏ। ਫਿਰ ਉਸ ਸਮੇਂ ਇਹੀ ਹਸਤੀ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਉਹੀ ਨਜ਼ਰ ਆਏ। ਇੱਕ ਬਾਬਾ ਮਥੁਰਾ ਸਿੰਘ ਸੀਗੇ ਆਪਣੇ ਗੰਦਾਰਿਆਂ ਦੇ, ਉਹਨਾਂ ਨੇ ਉਹਨਾਂ ਦੇ ਨਾਲ ਜਾਣ ਪਛਾਣ ਕਰਾਈ 2003 ਦੇ ਵਿੱਚ, ਜਦੋਂ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ ਸਾਲਾਨਾ ਸਮਾਗਮ ਸੀਗਾ ਮੁਕਤਸਰ ਸਾਹਿਬ ਦੇ ਵਿੱਚ। ਠੀਕ। ਫਿਰ ਉਹਨਾਂ ਮਸਕੀਨ ਜੀ ਨੇ ਕਿਹਾ ਜੀ ਵੀ ਮੇਰੇ ਕੋਲ ਉੱਥੇ ਆਇਓ ਤੁਸੀਂ, ਦਿਵਾਲੀ ਦੇ ਉੱਪਰ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੇ ਉੱਪਰ ਅੰਮ੍ਰਿਤਸਰ। ਫਿਰ ਉੱਥੇ ਉਹਨਾਂ ਨੂੰ ਜਾ ਕੇ ਮਿਲੇ, ਫਿਰ ਉਦੋਂ ਬਾਅਦ ਉਹਨਾਂ ਦੇ ਨਾਲ ਹੀ ਰਹੇ ਜ਼ਿਆਦਾਤਰ ਸਮਾਂ। ਅਤੇ 2005 ਤੱਕ ਫਿਰ 16 ਫਰਵਰੀ ਨੂੰ ਜਦੋਂ ਉਹਨਾਂ ਨੇ ਕਾਨਪੁਰ ਦੇ ਵਿੱਚ ਅਖੀਰਲੀ ਲਾਵਾਂ ਦੀ ਕਥਾ ਕੀਤੀ ਹੈ, ਉਦੋਂ ਤੱਕ ਉਹਨਾਂ ਦੇ ਨਾਲ ਸੀ। ਉਦੋਂ ਬਾਅਦ ਵਾਪਸ ਆਏ। ਫਿਰ ਉਹਨਾਂ ਦੇ ਚਲਾਣੇ ਤੋਂ ਬਾਅਦ ਬਾਹਰ ਵੀ ਆਇਆ ਜੀ, ਕੈਨੇਡਾ ਵੀ ਆਇਆ, ਅਮਰੀਕਾ ਵੀ ਆਇਆ। ਫਿਰ ਇਸ ਤਰ੍ਹਾਂ ਨਾਲ ਇੱਥੇ ਪੰਜਾਬ ਦੇ ਵਿੱਚ ਵੀ ਪ੍ਰਚਾਰ ਕਰਦੇ ਰਹੇ। ਪ੍ਰਚਾਰਕ ਜਿੱਦਾਂ ਹੁਣ ਤੁਸੀਂ ਗੱਲਬਾਤ ਕੀਤੀ ਆ, ਅੱਜ ਕੱਲ੍ਹ ਵੀ ਆਪਾਂ ਜਿਹੜੇ ਪ੍ਰਚਾਰਕ ਤਰਕਵਾਦੀ ਉਹਨਾਂ ਦੀ ਵੀ ਗੱਲਬਾਤ ਕਰਾਂਗੇ, ਜਿਹੜੇ ਪੰਥਕ ਸੋਚ ਦੀ ਗੱਲ ਕਰਦੇ ਆ, ਪੰਥਕ ਸਰੋਤਾਂ ਦੀ ਗੱਲ ਕਰਦੇ ਉਹ ਵੀ ਕਰਾਂਗੇ। ਤੁਹਾਡੀ ਗੱਲਬਾਤ ਤੋਂ ਇਹ ਜਿੱਦਾਂ ਲੱਗਦਾ ਕਿ ਤੁਸੀਂ ਟਕਸਾਲ ਦੇ ਭਾਈ ਬਾਬਾ ਸੁਰਜੀਤ ਸਿੰਘ ਜੀ ਸੁਣਦੀ ਉਹਨਾਂ ਤੋਂ ਵੀ ਸੰਥਿਆ ਲਈ, ਅਤੇ ਜਿਹੜੇ ਪ੍ਰਸਿੱਧ ਪ੍ਰਚਾਰਕ ਪੰਥ ਰਤਨ ਸੰਤ ਸਿੰਘ ਜੀ ਮਸਕੀਨ ਜੋ ਅੱਜ ਸਾਡੇ ਵਿੱਚ ਨਹੀਂ, ਉਹਨਾਂ ਦੇ ਨਾਲ ਵੀ ਰਹਿ ਕੇ ਪ੍ਰਚਾਰ ਕੀਤਾ। ਜੇ ਆਪਾਂ ਅੱਜ ਦੇ ਪ੍ਰਚਾਰਕਾਂ ਦੀ ਗੱਲ ਕਰੀਏ, ਉਹ ਇਹ ਕਹਿਣਗੇ ਵੀ ਇੱਕ ਟਕਸਾਲੀ ਸੀ ਅਤੇ ਇੱਕ ਮਸ਼ੀਨਰੀ ਵਿਚਾਰਧਾਰਾ ਨਾਲ ਸੰਬੰਧ ਰੱਖਦਾ ਸੀ, ਪਰ ਅੱਜ ਇਹਨਾਂ ਦੇ ਵਿੱਚ ਇਹ ਫਰਕ ਕਿਉਂ ਆ ਗਿਆ ਜਿਹੜਾ ਹੁਣ ਮੌਜੂਦਾ ਆਪਾਂ ਨੂੰ ਦਿਸ ਰਿਹਾ, ਹਰ ਰੋਜ਼ ਦਿਸ ਰਿਹਾ? ਨਹੀਂ, ਜੇ ਤੁਸੀਂ ਉਹਨਾਂ ਮਸਕੀਨ ਜੀ ਦਾ ਅਤੇ ਟਕਸਾਲ ਦਾ ਦੇਖੋ ਜੀ, ਹਾਂਜੀ, ਉਹਨਾਂ ਦੇ ਵਿੱਚ ਤੁਸੀਂ ਉੱਪਰੋਂ ਉੱਪਰੋਂ ਠੀਕ ਹੈ, ਤੁਹਾਨੂੰ ਮਾੜਾ ਮੋਟਾ ਲੱਗ ਸਕਦਾ, ਪਰ ਗਹਿਰਾਈ ਦੇ ਵਿੱਚ ਉਹਨਾਂ ਦੀ ਕੋਈ ਭੇਦਭਾਵ ਨਹੀਂ ਹੈਗਾ, ਕਿਉਂਕਿ ਉਹ ਵੀ ਅੰਮ੍ਰਿਤ ਵੇਲੇ ਉੱਠਣ ਵਾਲੇ ਨੇ। ਟਕਸਾਲ ਵੀ ਗੱਲ ਕਰਦੀ, ਮੈਂ ਤਾਂ ਮਸਕੀਨ ਜੀ ਨੂੰ ਨੇੜੇ ਰਹਿ ਕੇ ਦੇਖਿਆ ਵੀ ਉਹ ਬਿਨਾਂ ਅਲਾਰਮ ਤੋਂ, ਹਾਂਜੀ, ਚਾਹੇ ਰਾਤ ਨੂੰ ਉਹ ਕਿੰਨੇ ਵਜੇ ਵੀ ਪਏ ਆ, 1:30 ਵਜੇ ਵੀ ਆ ਕੇ ਪਏ ਆ ਕਥਾ ਕਰਕੇ, ਉਹਨਾਂ ਨੇ 4:15 ਉੱਠ ਪੈਣਾ, ਉੱਠ ਕੇ ਬੈਠ ਜਾਣਾ, ਫਿਰ ਉਹਨਾਂ ਨੇ ਗੁਰਮੰਤਰ ਸਿਮਰਨਾ, ਫਿਰ ਇਸ਼ਨਾਨ ਕਰਨਾ, ਫਿਰ 1.5 ਘੰਟਾ ਬੋਲ ਬੋਲ ਕੇ ਉਹਨਾਂ ਨੇ ਬਾਣੀ ਪੜ੍ਹਨੀ ਹੈ। ਅਤੇ ਟਕਸਾਲ ਵੀ ਇਸੇ ਚੀਜ਼ ਨੂੰ ਮੰਨਦੀ ਹੈ, ਬਾਕੀ ਸੰਪਰਦਾਵਾਂ ਵੀ ਮੰਨਦੀਆਂ ਨੇ। ਅਜੋਕੇ ਕੁਛ ਪੜ੍ਹੇ ਲਿਖੇ ਮਿਸ਼ਨਰੀ ਜਾਂ ਪ੍ਰੋਫੈਸਰਾਂ ਦਾ ਇਹ ਹੈ ਵੀ ਉਹ ਨਾ ਤਾਂ ਅੰਮ੍ਰਿਤ ਵੇਲੇ ਨੂੰ ਮੰਨਦੇ ਹੈ, ਨਾ ਸਿਮਰਨ ਨੂੰ ਮੰਨਦੇ ਹੈ, ਜਪ ਨੂੰ ਵੀ ਨਹੀਂ ਮੰਨਦੇ, ਇਸ ਕਰਕੇ ਥੋੜ੍ਹਾ ਜਿਹਾ ਭੇਦਭਾਵ ਆ ਗਿਆ।
ਕਿਉਂਕਿ ਮੈਂ ਸਿਮਰਨ ਸਿੱਧੇ ਰੂਪ ਦੇ ਵਿੱਚ ਗਿਆਨੀ ਜੀ ਉਹਨਾਂ ਦਾ ਨਾਂ ਲੈ ਕੇ ਗੱਲ ਕਰਾਂਗਾ, ਜਿਵੇਂ ਅੱਜ ਦਾ ਪ੍ਰਚਾਰਕ ਕਈ ਵਾਰੀ ਆਪਾਂ ਸੋਚੀਦਾ ਜੇ ਆਪਾਂ ਕਹਿੰਦੇ ਅੱਜ ਦੇ ਪ੍ਰਚਾਰਕ, ਲੋਕ ਪੁੱਛਦੇ ਕੌਣ ਆ ਉਹ ਪ੍ਰਚਾਰਕ, ਜੇ ਆਪਾਂ ਕਰੀਏ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਸੰਤ ਤੋਂ ਭਾਈ ਬਣ ਗਏ, ਪੰਥਪ੍ਰੀਤ ਸਿੰਘ ਜੀ, ਬਹੁਤ ਹੋਰ ਆ ਜਿਹੜੇ ਕਲੀਅਰਲੀ ਜਿੱਦਾਂ ਆਪਣੇ ਜਿਹੜੀਆਂ ਵੀਡੀਓ ਦੇ ਵਿੱਚ ਜਾਂ ਜਿਹੜੇ ਕਲਿੱਪ ਉਹਨਾਂ ਦੇ ਬਾਹਰ ਆਉਂਦੇ ਉਹਨਾਂ ਦੇ ਕਲੀਅਰ ਮਤਲਬ ਉਹਨਾਂ ਨੇ ਜਿਹੜੀ ਤੁਸੀਂ ਗੱਲ ਕੀਤੀ ਆ, ਉਹ ਕਹਿੰਦੇ ਗਿਆਨ ਹੋਣਾ ਚਾਹੀਦਾ। ਜਦੋਂ ਗਿਆਨ ਪ੍ਰਾਪਤ ਹੋ ਗਿਆ, ਜਿੱਦਾਂ ਆਪਾਂ ਸਕੂਲਾਂ ਦੇ ਵਿੱਚ ਗਿਆਨ ਪ੍ਰਾਪਤ ਕਰ ਲੈਂਦੇ, ਉਦੋਂ ਬਾਅਦ ਸਾਨੂੰ ਲੋੜ ਕੀ ਆ ਇਹਨਾਂ ਚੀਜ਼ਾਂ ਦੀ, ਜਿਹੜੀ ਜਿਹੜੀ ਗੱਲ ਤੁਸੀਂ ਕਰਦੇ ਆ ਅੰਮ੍ਰਿਤ ਵੇਲੇ ਉੱਠਣ ਦੀ ਕੀ ਲੋੜ ਆ, ਜਾਂ ਸਾਨੂੰ ਮਤਲਬ ਹੋਰ ਕਈ ਗੱਲਾਂ ਜਿਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਤੁਹਾਡੀਆਂ ਬਹੁਤ ਵੀਡੀਓ ਮੈਂ ਦੇਖੀਆਂ, ਜਿਹਨਾਂ ਨੂੰ ਬਾਹਰ ਲੋਕ ਸੋਸ਼ਲ ਮੀਡੀਆ 'ਤੇ ਦੇਖਦੇ ਵੀ ਆ, ਤੁਸੀਂ ਕਿਉਂ ਵੀ ਇਹ ਜਿਹੜਾ ਕਰਦੇ ਆ ਵੀ ਉਹ ਗਲਤ ਆ, ਉਹ ਕਹਿੰਦੇ ਸਾਨੂੰ ਆਪਣੀ ਤਰੀਕੇ ਨਾਲ ਗੱਲ ਕਰਦੇ ਹੋ, ਤੁਸੀਂ ਆਪਣੇ ਤਰੀਕੇ ਨਾਲ ਗੱਲ ਕਰੋ। ਨਹੀਂ ਉਹ ਇਹ ਜਿਹੜਾ ਗਿਆਨ ਕਹਿੰਦੇ ਆ ਇਹ ਅਕਸ਼ਰੀ ਗਿਆਨ ਹੈ, ਠੀਕ, ਇਹ ਅਨੁਭਵੀ ਗਿਆਨ ਤਾਂ ਹੈ ਹੀ ਨਹੀਂ। ਵੀ ਬਿਨਾਂ ਸਿਮਰਨ ਤੋਂ, ਬਿਨਾਂ ਜਪ ਤੋਂ, ਇਹ ਜਿਹੜਾ ਅਕਲ ਦੇ ਨਾਲ ਸਿਰਫ ਤੁਸੀਂ ਜੇ ਅਕਲ ਦੀ ਪੂਰੀ ਵਰਤੋਂ ਕਰੋ ਤਾਂ ਤੁਸੀਂ ਇਹ ਦੇਖ ਸਕਦੇ ਹੋ ਵੀ ਸਿਮਰਨ ਸਭ ਤੋਂ ਸਿਰਮੌਰ ਕਰਮ ਹੈ। ਠੀਕ, ਹੁਣ ਸਿਮਰਨ ਦਾ ਜਿਹੜਾ ਹੈ ਉਹ ਅਕਲ ਛੱਡ ਕੇ ਹੀ ਆਪਣੀ ਅਕਲ ਛੱਡਣੀ ਪੈਂਦੀ ਹੈ ਵੀ ਤਜੋ ਸਿਆਣਪ ਸੁਰਜਣੋ। ਇਹ ਜਿਹੜੇ ਖੜੇ ਨੇ ਇਹ ਅਕਲ 'ਤੇ ਖੜੇ ਨੇ ਵੀ ਅਕਲ ਅਕਲ ਨਾਲ ਹੀ ਸਭ ਕੁਝ ਦੇਖਣਾ, ਅਕਲ ਨਾਲ ਹੀ ਪ੍ਰਚਾਰ ਕਰਨਾ, ਫਿਰ ਇਸ ਕਰਕੇ ਇਹ ਜ਼ਿਆਦਾਤਰ ਵਿਵਾਦ ਪੈਦਾ ਕਰਦੇ ਹੈ ਵੀ ਬਿਨਾਂ ਸਿਮਰਨ ਤੋਂ, ਬਿਨਾਂ ਬੰਦਗੀ ਤੋਂ। ਇਕੱਲਾ ਅਕਸ਼ਰੀ ਗਿਆਨ ਦੇ ਨਾਲ ਤਾਂ ਤੁਸੀਂ ਇਹਨੂੰ ਕਬੀਰ ਜੀ ਤਾਂ ਉਹ ਇਹ ਕਬੀਰ ਜੀ ਦਾ ਜੇ ਹੁਣ ਤੁਸੀਂ ਉਹ ਪੜ੍ਹੋ ਵੀ ਉਹ ਕਹਿੰਦੇ ਵੀ ਜਿਹੜਾ ਬੰਦਾ ਇਹ ਨਹੀਂ ਕਰਦਾ, ਹਰ ਜਸ ਸੁਣੇ ਨਾ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਗਿਰਾ ਦੇ, ਕਿ ਗੱਲੀ ਬਾਤੀ ਅਸਮਾਨ ਗਿਰਾਉਣ ਵਾਲੀਆਂ ਗੱਲਾਂ ਉਹ ਜਿਵੇਂ ਦੀ ਬੰਦਾ ਕਹਿੰਦਾ ਵੀ ਅਸਮਾਨ ਡਿੱਗ ਰਿਹਾ ਹੈ। ਇਹ ਜਿਹੜੇ ਬਿਨਾਂ ਸਿਮਰਨ ਵਾਲੇ ਬੰਦੇ ਹੈ ਇਹ ਤਾਂ ਇਹੀ ਕੋਸ਼ਿਸ਼ ਕਰਨ 'ਤੇ ਲੱਗੇ ਪਏ ਆ ਵੀ ਜੀ ਸਿੱਖੀ ਖਤਮ ਹੋ ਰਹੀ ਹੈ, ਬਸ ਖਤਮ ਹੋ ਗਿਆ, ਬੇੜਾ ਡੁੱਬ ਗਿਆ, ਸਿੱਖ ਨਿਕਲਿਆ ਗਿਆ। ਅਤੇ ਜੇ ਉਹ ਜੇ ਇੰਨੇ ਸਿੱਖਾਂ ਦੇ ਬਾਵਜੂਦ ਕੈਨੇਡਾ ਅਮੈਰੀਕਾ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਗਰ ਕੀਰਤਨਾਂ ਦੇ ਵਿੱਚ ਇਕੱਠ ਹੁੰਦਾ ਹਾਂਜੀ ਸਿੱਖਾਂ ਦੇ, ਅਤੇ ਬਾਹਰ ਜਾ ਕੇ ਲੀਡਰ ਵੀ ਬਣ ਗਏ, ਇੰਗਲੈਂਡ 'ਚ ਦੇਖ ਲਓ ਚਾਹੇ ਕੈਨੇਡਾ 'ਚ ਦੇਖ ਲਓ, ਅਤੇ ਫਿਰ ਵੀ ਇਹੀ ਕਹੀ ਜਾਂਦੇ ਵੀ ਸਿੱਖੀ ਖਤਮ ਹੋਣ ਵਾਲੀ ਹੈ। ਅਤੇ ਜੇ ਤੁਸੀਂ ਪੁਰਾਣਾ ਇਤਿਹਾਸ ਪੜ੍ਹੋ ਜਦੋਂ ਇਹ ਦਾਵਾ ਵੀ ਸੀ ਵੀ ਗੁੜ ਗੁੜ ਨੂੰ ਰੋੜੀ ਕਹਿਣ ਲੱਗ ਗਏ ਸੀ ਹਾਂਜੀ, ਤੇ ਵੀ ਸਿਰਾਂ ਦੇ ਮੁੱਲ ਪੈਂਦੇ ਸੀ ਵੀ ਸਿੱਖ ਖਤਮ ਹੋ ਗਏ, ਤੇ ਬਾਬਾ ਬੂਤਾ ਸਿੰਘ ਤੇ ਗਰਜਾ ਸਿੰਘ ਦੋ ਬੰਦੇ ਕਹਿੰਦੇ ਸਾਡਾ ਰਾਜ ਹੈ, ਉਹ ਬੰਦੇ ਬਕਾਇਦਾ ਉੱਥੇ ਟੈਕਸ ਵੀ ਲੈਣ ਲੱਗ ਗਏ। ਉਹਨਾਂ ਸਮਿਆਂ ਦੀ ਤੁਸੀਂ ਚੜ੍ਹਦੀ ਕਲਾ ਦੇਖੋ, ਤੇ ਇਹਨਾਂ ਦੀਆਂ ਤੁਸੀਂ ਜੇ ਗੱਲਾਂ ਸੁਣੋ, ਪ੍ਰਚਾਰ ਸੁਣੋ, ਤਾਂ ਬਸ ਜੀ ਖਤਮ ਹੋ ਗਿਆ, ਫਲਾਨਾ ਆ ਗਿਆ, ਇਸ ਤਰ੍ਹਾਂ ਦੇ ਨਾਲ ਇਹ ਕੋਈ ਜਦੋਂ ਬੰਦਾ ਸੁਣ ਕੇ ਉੱਠਦਾ ਨਕਾਰਾਤਮਕ ਸੋਚ ਜੀ ਲੈ ਕੇ ਉੱਠਦਾ ਵੀ ਇੱਕ ਪਾਸੇ ਇਹ ਕਹੀ ਜਾਣਗੇ ਵੀ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦਾ, ਹਾਂਜੀ ਵੀ ਜੁਗੋ ਜੁਗ ਅਟਲ ਹੈ, ਵੀ ਨਿਉਂ ਬੜੀ ਸੱਚ ਤੇ ਰੱਖੀ ਹੈ। ਇੱਕ ਪਾਸੇ ਨੇ ਇਸ ਤਰ੍ਹਾਂ ਨਾਲ ਕਰਨਗੇ ਵੀ ਸਿੱਖੀ ਖਤਮ ਹੋਣ ਲੱਗੀ ਹੈ ਇਸ ਤਰ੍ਹਾਂ ਨਾਲ। ਅਤੇ ਅੱਜ ਦੇ ਪ੍ਰਚਾਰਕਾਂ ਦਾ ਇੱਕ ਹੋਰ ਹੈ ਵੀ ਉਹ ਸਾਹਮਣੇ ਬੈਠ ਕੇ ਵਿਚਾਰ ਕਰਨ ਨੂੰ ਤਿਆਰ ਨੇ। ਹਾਂ, ਮੈਂ ਇਹ ਸਵਾਲ 'ਤੇ ਆਉਣਾ ਹੀ ਸੀ ਤੁਹਾਡੇ ਨਾਲ ਵੀ ਜਦੋਂ ਆਪਾਂ ਕਹਿੰਦੇ ਹਾਂ ਅਸੀਂ ਲੋਕਾਂ ਨੂੰ, ਹਰ ਇੱਕ ਨੂੰ ਇਹ ਕਹਿੰਦੇ ਹਾਂ ਜੀ ਵਿਚਾਰ ਹੋਣੀ ਚਾਹੀਦੀ ਆ, ਜਦੋਂ ਵਿਚਾਰ ਦੀ ਗੱਲ ਹੁੰਦੀ ਆ ਅਤੇ ਉਹਨੂੰ ਕਹਿ ਦਿੱਤਾ ਜਾਂਦਾ ਜੀ ਪਹਿਲਾਂ ਮਤਲਬ ਉਹ ਆਹ ਗੱਲ ਕਰਨ ਅਤੇ ਮੈਂ ਤਾਂ ਗੱਲ ਕਰਨ ਨੂੰ ਤਿਆਰ ਹਾਂ। ਗੱਲ ਮਤਲਬ ਗੱਲ ਕਰਨ ਨੂੰ ਤਾਂ ਕਿਸੇ ਨੂੰ ਵੀ ਭੱਜਣਾ ਨਹੀਂ ਚਾਹੀਦਾ, ਤੁਹਾਡਾ ਕੀ ਖਿਆਲ ਹੈ? ਨਾਲੇ ਜੇ ਹੁਣ ਤੁਸੀਂ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਨੂੰ ਵੇਖੋ ਤੇ ਉਹ ਸਿੱਧਾਂ ਨੂੰ ਥੋੜਾ ਕਹਿੰਦੇ ਵੀ ਪਹਿਲਾਂ ਤੁਸੀਂ ਮੇਰੀਆਂ ਗੱਲਾਂ ਨਾਲ ਮੰਨਦੇ ਹੋ ਜਾਂ ਸਹਿਮਤ ਨਹੀਂ, ਹਾਂਜੀ ਸਿੱਧਾਂ ਦੇ ਨਾਲ ਕਿੰਨੀ ਵਾਰੀ ਗੋਸ਼ਟ ਹੁੰਦੀ ਹੈ, ਅਖੀਰਲੀ ਗੋਸ਼ਟ 'ਚੋਂ ਮੰਨ ਜਾਂਦੇ ਆ। ਠੀਕ ਹੈ, ਕੋਈ ਇੱਕ ਵਾਰ ਦੀ ਵਿਚਾਰ ਨਾਲ ਥੋੜਾ ਜਿਹਾ ਵੀ ਅਗਲਾ ਸਮਝਦਾ, ਅਗਲਾ ਸੋਚਦਾ ਵੀ ਠੀਕ ਹੈ ਮੈਂ ਹੋਰ ਤਿਆਰੀ ਕਰਕੇ ਆਊਂਗਾ, ਅਗਲਾ ਹੋਰ ਤਿਆਰੀ ਕਰਦਾ, ਅਖੀਰ ਜਾ ਕੇ ਉਹ ਇੱਕ ਜਗ੍ਹਾ 'ਤੇ ਜਾ ਕੇ ਤਾਂ ਕਿਸੇ ਨਾ ਕਿਸੇ ਨਿਰਣੇ 'ਤੇ ਪਹੁੰਚੂਗਾ ਹੀ।
ਪਰ ਜੇ ਇਹਨਾਂ ਕੋਲ ਇੰਨਾ ਹੀ, ਜੇ ਇਹਨਾਂ ਦਾ ਗਿਆਨ ਇੰਨਾ ਹੀ ਸਹੀ ਹੈ, ਹੁਣ ਜਿਵੇਂ ਦੀ ਤੁਸੀਂ ਸੰਤ ਜਰਨੈਲ ਸਿੰਘ ਭਿੰਡਰ ਵਾਲਿਆਂ ਦਾ ਦੇਖੋ ਜਾਂ ਸੰਤ ਸਿੰਘ ਮਸਕੀਨ ਜੀ ਦਾ ਦੇਖੋ, ਉਹ ਅਣਮਤੀਆਂ ਦੇ ਨਾਲ ਵੀ ਚਰਚਾ ਕਰਦੇ ਆ, ਪਿੰਡਾਂ ਵਾਲੇ ਸੰਤ ਉੱਥੇ ਜਿੰਨੇ ਸਾਰਾ ਦਿਨ ਬੁਲਾਈ ਰੱਖਦੇ ਆ ਵੀ ਆ ਜਾਓ ਭਾਈ, ਪੱਤਰਕਾਰ ਆ ਜਾਓ, ਹੋਰ ਕੋਈ ਆ ਜਾਓ, ਵਕੀਲ ਆ ਜਾਓ, ਜਿਹੜਾ ਮਰਜ਼ੀ ਆ ਜਾਓ, ਠੀਕ ਹੈ। ਤੇ ਇਹ ਬੰਦੇ ਗੁਰਸਿੱਖ ਬੰਦੇ ਨਾਲ ਹੀ ਵਿਚਾਰ ਕਰਨ ਨੂੰ ਤਿਆਰ ਨਹੀਂ ਹੈਗੇ ਵੀ ਆ ਜਾਓ ਤੁਸੀਂ ਕਿਸੇ ਪਲੇਟਫਾਰਮ ਤੇ, ਚਲੋ ਠੀਕ ਹੈ ਵੀ ਤੁਹਾਨੂੰ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਦਾ ਤਾਂ ਤੁਸੀਂ ਲਾਈਵ ਆ ਜਾਓ, ਚੰਗੀ ਤਰ੍ਹਾਂ ਨਾਲ ਤਾਂ ਤੁਸੀਂ ਸਪਸ਼ਟ ਕਰੋ ਆਪਣੀ ਗੱਲ, ਜਿਹੜੇ ਪੱਖ ਤੁਸੀਂ ਰੱਖਦੇ ਹੋ ਅਸੀਂ ਵੀ ਉਹਦੇ ਸਾਹਮਣੇ ਦੂਸਰੇ ਪੱਖ ਰੱਖੀਏ, ਸੰਗਤ ਨੂੰ ਪਤਾ ਲੱਗ ਜੇ। ਪਰ ਇਹ ਗਹਿਰਾਈ ਦੇ ਵਿੱਚ ਇਹਨਾਂ ਦੇ ਅੰਦਰੋਂ ਕੋਈ ਇਸ ਤਰ੍ਹਾਂ ਦਾ ਹੀ ਪੜ੍ਹਿਆ ਪੜ੍ਹਾਇਆ ਗਿਆਨ ਹੈ। ਇਹ ਭਾਈ ਗੁਰਜੀਤ ਸਿੰਘ, ਜਿੱਦਾਂ ਅਸੀਂ ਆਵਾਜ਼ੇ ਕੌਮ ਟੀਵੀ ਵੱਲੋਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਜਿਹੜੇ ਪ੍ਰਚਾਰਕ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਆ, ਅਸੀਂ ਉਹ ਆਵਾਜ਼ੇ ਕੌਮ ਟੀਵੀ ਉਹ ਸਾਧਨ ਵੀ ਮੁਹੱਈਆ ਕਰ ਸਕਦਾ, ਕਿਉਂਕਿ ਜੇ ਤੁਸੀਂ ਸਾਨੂੰ ਕਹੋ ਅਸੀਂ ਤਾਂ ਸਵਾਲ ਜਵਾਬ ਵੀ ਕਰ ਸਕਦੇ ਹਾਂ, ਜੇ ਉਹਨਾਂ ਨਾਲ ਕੋਈ ਗੱਲਬਾਤ ਜਾਂ ਜਿਹੜਾ ਜਾਂ ਆਪਾਂ ਡਿਬੇਟ ਕਹੀਏ ਉਹ ਤਾਂ ਤੁਹਾਡੇ ਵਰਗੇ ਪ੍ਰਚਾਰਕ ਜਿਹੜੇ ਹਰ ਪੱਖ ਨੂੰ ਜਾਣਦੇ ਉਹ ਕਰ ਸਕਦੇ ਆ। ਤੁਸੀਂ ਕਦੇ ਕੋਸ਼ਿਸ਼ ਕੀਤੀ ਆ ਵੀ ਆਓ ਆਪਾਂ ਇਹ ਗੱਲ ਸਾਂਝੀ ਕਰ ਲਈਏ? ਹਾਂਜੀ, ਮੈਂ ਪ੍ਰੋਫੈਸਰ ਇੰਦਰ ਸਿੰਘ ਘੱਗਾ ਹੋਰਾਂ ਨੂੰ ਪਰਸਨਲੀ ਫੋਨ ਕੀਤਾ। ਹਾਂਜੀ, ਪਹਿਲੇ ਦਿਨ ਉਹ ਮੰਨ ਗਏ ਆ ਵੀ ਠੀਕ ਹੈ ਜੀ ਤੁਸੀਂ ਆਪਾਂ ਕੱਲ ਨੂੰ ਕਰਾਂਗੇ, ਪਰ ਦੂਸਰੇ ਦਿਨ ਉਹ ਕਹਿੰਦੇ ਜੀ ਵੀ ਮੈਂ ਤਾਂ, ਪਹਿਲੇ ਦਿਨ ਉਹਨਾਂ ਨੇ ਇੱਕ ਵੀਡੀਓ ਵੀ ਪਾਈ ਹੈ ਵੀ ਜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਲਾਗੂ ਕਰਨੀ ਚਾਹੀਦੀ ਹੈ। ਜਦੋਂ ਮੈਂ ਫੋਨ ਕੀਤਾ ਕਹਿੰਦੇ ਜੀ ਮੈਂ ਤਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਵੀ ਖੰਡਨ ਕਰਤਾ, ਮੇਰੇ ਕੋਲ ਤੁਸੀਂ ਆਇਓ ਹੀ ਨਾ। ਅੱਛਾ, ਫਿਰ ਭਾਈ ਪੰਥ ਉਹਨਾਂ ਦੇ ਜਵਾਬ ਤੋਂ ਬਾਅਦ ਫਿਰ ਭਾਈ ਪੰਥਪ੍ਰੀਤ ਸਿੰਘ ਹੋਰਾਂ ਨੂੰ ਫੋਨ ਕੀਤਾ, ਉਹਨਾਂ ਦੇ ਲੜਕੇ ਨੇ ਚੱਕਿਆ, ਉਹ ਕਹਿੰਦਾ ਜੀ ਨਹੀਂ ਅਸੀਂ ਕੋਈ ਇਸ ਤਰ੍ਹਾਂ ਦੀ ਵਿਚਾਰ ਚਰਚਾ ਨਹੀਂ ਕਰਨੀ। ਫਿਰ ਸਰਬਜੀਤ ਸਿੰਘ ਧੂੰਦਾ ਉਹਨਾਂ ਨੂੰ ਪਰਸਨਲੀ ਫੋਨ ਕੀਤਾ, ਉਹ ਵੀ ਕਹਿੰਦੇ ਨਹੀਂ ਜੀ ਮੈਂ ਕਥਾ ਹੀ ਕਰਦਾ ਜੀ, ਮੈਂ ਸੰਗਤ ਦੇ ਵਿੱਚ ਵੀ ਮੈਂ ਕੋਈ ਵਿਚਾਰ ਚਰਚਾ ਨਹੀਂ ਕਰਨੀ। ਫਿਰ ਬੀਬੀ ਗਗਨਦੀਪ ਕੌਰ ਨੂੰ ਫੋਨ ਕੀਤਾ, ਉਹਨਾਂ ਦੇ ਕਿਸੇ ਅੱਗੇ ਬੰਦੇ ਨੇ ਚੱਕਿਆ ਸੀਗਾ ਤੇ ਉਹਨੇ ਗੱਲ ਹੀ ਨਹੀਂ ਕਰਾਈ, ਠੀਕ ਹੈ, ਕਹਿੰਦਾ ਰਿਹਾ ਜੀ ਮੈਂ ਕੱਲ ਨੂੰ ਕਰਾਊ ਪਰਸੋਂ ਕਰਾਊ, ਇਸ ਤਰ੍ਹਾਂ ਨਾਲ ਤਿੰਨ ਚਾਰ ਜਣਿਆਂ ਨਾਲ ਗੱਲ ਹੋਈ, ਪਰ ਇਹ ਕੋਈ ਵਿਚਾਰ ਚਰਚਾ ਕਰਕੇ ਰਾਜ਼ੀ ਨਹੀਂ ਹੈਗੇ। ਜੇ ਤੁਹਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਗੱਲਬਾਤ ਕਰਨ ਨੂੰ ਤਿਆਰ ਨਹੀਂ ਗੇ, ਤੇ ਜੇ ਇੰਗਲੈਂਡ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਘਟਨਾ ਵਾਪਰ ਜਾਂਦੀ ਹੈ ਅਮਰੀਕ ਸਿੰਘ ਚੰਡੀਗੜ੍ਹੀ ਵਾਲੇ ਨਾਲ, ਤੇ ਤਾਂ ਉਹਨੂੰ ਇਸ਼ੂ ਬਣਾ ਲਿਆ ਜਾਂਦਾ ਕਿ ਇਹ ਜੀ ਉੱਥੇ ਉਹਨਾਂ ਦੀ ਦਸਤਾਰ ਉਤਾਰ ਦਿੱਤੀ, ਉਹਨੂੰ ਇੱਕ ਮਸਲਾ ਬਣਾ ਲਿਆ। ਪਰ ਜਿਹੜੀਆਂ ਤਰਕਾਂ ਉਹ ਹਰਿਮੰਦਰ ਸਾਹਿਬ ਤੇ ਬੇਰ ਸਾਹਿਬ ਤੇ ਜਾਂ ਹੋਰ ਚੀਜ਼ਾਂ ਤੇ ਕਰਦਾ, ਇਹਦਾ ਜਵਾਬ ਫਿਰ ਕਿੱਦਾਂ ਦਿੱਤਾ ਜਾਊਗਾ? ਸੰਗਤ ਇਸ ਵੇਲੇ ਕਈ ਵਾਰੀ ਮਤਲਬ ਕਨਫਿਊਜ਼ ਹੋ ਜਾਂਦੀ ਆ, ਦੁਬਿਧਾ 'ਚ ਪੈ ਜਾਂਦੀ ਆ ਬਈ ਯਾਰ ਜਿਹੜੇ ਬੰਦੇ ਇਹਨਾਂ ਨੂੰ ਰੋਕਦੇ ਆ ਜਾਂ ਇਹਨਾਂ ਨਾਲ ਗੱਲ ਕਰਦੇ ਆ, ਸ਼ਾਇਦ ਇਹ ਗਲਤ ਆ, ਕੌਣ ਗਲਤ ਆ, ਕਿਹਨੂੰ ਗਲਤ ਕਹਾਂਗੇ? ਨਹੀਂ, ਜੇ ਇਹ ਬੰਦੇ ਚਾਹੇ ਭਾਈ ਆਪਾਂ ਵੀ, ਉਹ ਵੀ ਪ੍ਰਚਾਰਕ ਹੈ, ਆਪਾਂ ਵੀ ਪ੍ਰਚਾਰਕ ਭਰਾ ਹੈ, ਸਾਰੇ ਹੀ ਭਰਾ ਨੇ, ਜੇ ਉਹਨਾਂ ਨੂੰ ਇੰਨਾ ਹੀ ਸਪਸ਼ਟੀਕਰਨ ਹੈ ਆਪਣੀ ਗੱਲ 'ਤੇ, ਇੰਨਾ ਹੀ ਯਕੀਨ ਹੈ, ਫਿਰ ਤਾਂ ਉਹ ਕਿਸੇ ਵੀ ਕਿਸੇ ਬੰਦੇ ਨਾਲ ਵੀ ਆ ਸਕਦੇ। ਉਹਨਾਂ ਨੇ ਦੁੱਖ ਪੰਜਨੀ ਬੇਰੀ 'ਤੇ ਆਵਾਜ਼ ਤਰਕ ਉਠਾਇਆ ਵੀ ਜੀ ਉਹ ਪੂਜਣ ਦਾਤੀ, ਹੁਣ ਉਹਨਾਂ ਨੂੰ ਕੋਈ ਪੁੱਛੇ ਵੀ ਜਾਂ ਤਾਂ ਤੁਸੀਂ ਦੱਸੋ ਵੀ ਕਿਤੇ ਉਹ 'ਤੇ ਧਾਗੇ ਬੰਨਦੇ ਵੇਖਿਆ ਕਿਸੇ ਨੂੰ, ਕਿਸੇ ਨੇ ਲੱਸੀ ਪਾਉਂਦਿਆਂ ਵੇਖਿਆ, ਕਿਸੇ ਨੇ ਉੱਥੇ ਬੇਰੀ ਨੂੰ ਮੱਥਾ ਟੇਕਦਿਆਂ ਵੇਖਿਆ ਵੀ ਐਂ ਜੀ ਮੱਥੇ ਟੇਕਦੇ ਆ, ਵੀ ਹੁਣ ਜੇ ਉਹਦੇ ਥੱਲੇ ਇਸ਼ਨਾਨ ਕਰਦਾ ਬੰਦਾ ਕੋਈ, ਉਹ ਤਾਂ ਹੁਣ ਸਰੋਵਰ ਹੈ ਸਾਰੇ ਕਿਤੇ ਕਰ ਸਕਦਾ, ਵੀ ਇਸ ਤਰ੍ਹਾਂ ਨਾਲ ਉਹ ਆਪਦੀ ਗੱਲ ਨੂੰ ਪੂਰੀ ਤਰ੍ਹਾਂ ਨਾਲ ਕਲੀਅਰ ਨਹੀਂ ਕਰਦਾ। ਸਮਾਂ ਦੀ ਭੱਜਣਾ ਤਾਂ ਇਹਨਾਂ ਦੇ ਕੋਲੋਂ, ਪ੍ਰਚਾਰਕਾਂ ਦੇ ਕੋਲੋਂ ਦੂਸਰਿਆਂ ਨੂੰ ਭੱਜਣਾ ਚਾਹੀਦਾ ਵੀ ਇਹ ਕਹਿਣ ਵੀ ਸਮਾਂ ਦੀ ਆਓ ਤੇ ਕੋਈ ਆਵੇ ਨਾ ਜੀ ਤੁਹਾਡੇ ਕੋਲ ਇੰਨਾ ਹੀ ਸਹੀ ਗਿਆਨ ਹੈ, ਪਰ ਇਹ ਦੂਸਰੇ ਇਹਨਾਂ ਨੂੰ ਕਹਿੰਦੇ ਵੀ ਆ ਜਾਓ ਪਰ ਇਹ ਖੁਦ ਹੀ ਆਉਣ ਨੂੰ ਤਿਆਰ ਨਹੀਂ ਹੈਗੇ। ਤੇ ਇਹਦਾ ਮਤਲਬ ਇਹ ਹੋਇਆ ਵੀ ਇਹਨਾਂ ਦੇ ਕੋਲ ਖੁਦ ਕੋ ਗਿਆਨ ਹੈ ਨਹੀਂ ਗਾ, ਜਾਂ ਇਹ ਕਿਸੇ ਮਤਲਬ ਇਸ਼ੂ ਨੂੰ ਜਾਂ ਕਿਸੇ ਸੰਗਤਾਂ ਦੇ ਵਿੱਚ ਦੁਬਿਧਾ ਬਣਾਉਣ ਨੂੰ ਕਿਸੇ ਦੇ ਕਹੇ ਤੇ ਇਹ ਕੰਮ ਕਰ ਰਹੇ ਹਨ? ਜੀ ਅਸਲ ਜੇ ਤੁਸੀਂ ਇਹ ਦੇਖੋ ਨਾ ਜੀ, ਇੱਕ ਮੈਂ ਤੁਹਾਨੂੰ ਆਪਣਾ ਨਿੱਜੀ ਵਾਕਿਆ ਦੱਸਦਾ ਵੀ ਮੈਨੂੰ ਮਸਕੀਨ ਜੀ ਨਾ ਅੰਮ੍ਰਿਤਸਰ ਤੋਂ
ਜਦੋਂ ਪਹਿਲੀ ਵਾਰੀ 2003 'ਚ ਮਿਲਿਆ ਅਤੇ ਉਹ ਲੈ ਗਏ ਉੱਥੇ ਆਪਣੇ ਅਲਵਰ, ਛੋਟਾ ਸਮਾਗਮ ਕਰਦੇ ਸੀ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ, ਉੱਥੇ ਬੜਾ ਇਕੱਠ ਨਹੀਂ ਹੁੰਦਾ ਸੀ। ਠੀਕ ਹੈ। ਸਮਾਗਮ ਮਾਰਚ ਦੇ ਵਿੱਚ, ਉੱਥੋਂ ਬੰਬੇ ਲੈ ਗਏ। ਹਾਂਜੀ। ਅਤੇ ਮੇਰਾ ਰੋਜ਼ ਦਾ ਨੇਮ ਸੀ ਵੀ ਮੈਂ ਉਹਨਾਂ ਨੂੰ ਇੱਕ ਵਾਰੀ ਸਵੇਰੇ ਫਤਿਹ ਬੁਲਾਉਣ ਜਾਂਦਾ ਸੀ। ਜਿਸ ਦਿਨ ਮੈਂ ਅਖੀਰਲੇ ਦਿਨ ਉਹਨਾਂ ਨੂੰ ਫਤਿਹ ਬੁਲਾਉਣ ਗਿਆ ਨਾ, ਅਤੇ ਉਹ ਅੱਖ ਕਰੀ ਬੈਠੇ ਸੀ ਸਵੇਰੇ 7 ਵਜੇ ਦਾ ਟਾਈਮ। ਹੁਣ ਫਿਰ ਮੈਂ ਜਾ ਕੇ ਵੈਸੇ ਹੀ, ਅਤੇ ਉਹਨਾਂ ਨੇ ਹੱਥ ਜਿਹਾ ਲਾਇਆ ਮਾੜਾ ਜਿਹਾ ਉਹਨਾਂ ਦੇ, ਅਤੇ ਉਹਨਾਂ ਨੇ ਅੱਖਾਂ ਖੋਲੀਆਂ ਅਤੇ ਮੈਨੂੰ ਕਹਿੰਦੇ ਨਾ ਵੀ ਗੁਰਜੀਤ ਸਿੰਘ ਤੂੰ ਨਾ ਹੁਣ ਅਸੀਂ ਚਲੇ ਜਾਣਾ ਥਾਈਲੈਂਡ ਬਾਹਰ ਬੂਰ, ਅਤੇ ਤੂੰ ਨਾ 2 ਦਸੰਬਰ ਦੀ ਗੱਲ ਹੈ ਵੀ ਤੂੰ ਫਰਵਰੀ 'ਚ ਨਾ ਹੁਣ ਉੱਥੇ ਅਕਾਲੀ ਧਰਮਸ਼ਾਲਾ ਆਈ ਉੱਥੇ ਕਾਨਪੁਰ। ਮੈਂ ਇੱਕਦਮ ਬਾਹਰ ਆ ਗਿਆ, ਮੈਂ ਬਾਹਰ ਆ ਕੇ ਨਾ ਇੱਕ ਮਿੰਟ ਫਿਰ ਚਲਾ ਗਿਆ ਵੀ ਇੱਕਦਮ ਮੈਨੂੰ ਸਡਨਲੀ ਉਹਨਾਂ ਨੇ ਇਹ ਗੱਲ ਦੱਸੀ ਸੀ, ਅਤੇ ਇੱਕਦਮ ਹੀ ਮੈਨੂੰ ਜਿਵੇਂ ਦੀ ਝਟਕਾ ਜਿਹਾ ਨਹੀਂ ਲੱਗਦਾ ਵੀ ਰੋਜ਼ ਆਪਾਂ ਸੁਣਦੇ ਹਾਂ ਵਧੀਆ। ਮੈਂ ਇੱਕਦਮ ਅੰਦਰ ਚਲਾ ਗਿਆ, ਮੈਂ ਕਿਹਾ ਵੀ ਗਿਆਨੀ ਜੀ ਕੋਈ ਐਸੀ ਜਗ੍ਹਾ ਹੈ ਜਿੱਥੇ ਅਨੁਭਵੀ ਅਰਥ ਹੁੰਦੇ ਹੋਵਣ? ਠੀਕ ਹੈ। ਉਹ ਮੈਨੂੰ ਕਹਿੰਦੇ ਵੀ ਪਹਿਲਾਂ ਇੱਕ ਨਿਰਮਲੇ ਸਾਧੂ ਹੁੰਦੇ ਸੀਗੇ ਕਨਖਲ ਦੇ ਵਿੱਚ, ਫਿਰ ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਉਹ ਆਪਣੇ ਉਸ ਉਸਤਾਦ ਬਾਬਾ ਬਲਵੰਤ ਸਿੰਘ ਦੀ ਗੱਲ ਕਰਦੇ ਸੀ, ਕਹਿੰਦੇ ਉਹ ਗੁਜ਼ਰ ਗਏ। ਠੀਕ ਹੈ। ਫਿਰ ਉਹ ਕਹਿੰਦੇ ਸੰਤ ਗੁਰਬਚਨ ਸਿੰਘ ਹੁੰਦੇ ਸੀ ਟਕਸਾਲ ਵਾਲੇ, ਉਹ ਵੀ ਗੁਜ਼ਰ ਚੁੱਕੇ ਸੀ। ਦੋ ਚੀਜ਼ਾਂ ਤੋਂ ਬਾਅਦ ਜਿਹੜੀ ਉਹਨਾਂ ਨੇ ਮੈਨੂੰ ਕਿਹਾ ਵੀ ਕਹਿੰਦੇ ਵੀ ਗੁਰਜੀਤ ਸਿੰਘ ਗੁਰਮੰਤਰ ਸਿਮਰਿਆ ਕਰ, ਮੈਨੂੰ ਨਵੇਂ ਤੋਂ ਪ੍ਰਾਪਤ ਹੋਣਗੇ। ਇਹ ਜਿਹੜੇ ਅਰਥ ਜਿਹੜੀਆਂ ਇਹ ਗੱਲਾਂ, ਜਾਂ ਹੁਣ ਜਿਹੜਾ ਟ੍ਰੈਂਡ ਚੱਲ ਪਿਆ ਵੀ ਕਿਤਾਬਾਂ 'ਚ ਪੜ੍ਹ ਲਓ, ਜੇ ਤੁਸੀਂ ਭਾਈ ਗੁਰਦਾਸ ਜੀ ਦਾ ਇੱਕ ਕਵਿਤ ਪੜ੍ਹੋ, ਉਹ ਕਹਿੰਦੇ ਵੀ ਸਰਬ ਸ਼ਬਦ ਅਨਹਦ ਸਮਝ ਆਏ। ਠੀਕ ਹੈ। ਜੇ ਤੁਸੀਂ ਬੜੀ ਗਹਿਰਾਈ ਦੇ ਵਿੱਚ ਅਨਹਦ ਤੁਸੀਂ ਸ਼ਬਦ ਨੂੰ ਸੁਣੋ, ਇਹ ਤਾਂ ਕਹਿੰਦੇ ਆ ਵੀ ਨਿਯਮ ਹੀ ਹੈ ਵੀ ਜਪ ਕਰੋ ਅੱਖਾਂ ਬੰਦ ਕਰਕੇ ਹੌਲੀ ਹੌਲੀ, ਸਹਿਜ ਬਿਲੋਬੋ ਜੈਸੇ ਤਤ ਨਾ ਜਾਈ। ਹੁਣ ਜੇ ਪੁੱਛੋ ਵੀ ਕਿਹੜੇ ਨਿਯਮ ਨੂੰ ਰਿੜਕਣਾ ਵੀ ਜਿਹਦੇ ਵਿੱਚ ਵੀ ਜੇ ਤੁਸੀਂ ਹੌਲੀ ਹੌਲੀ ਅੱਖਾਂ ਬੰਦ ਕਰਕੇ ਪਹਿਲਾਂ ਗੁਰਮੰਤਰ ਸਿਮਰੋ, ਫਿਰ ਨਿਤਨੇਮ ਗੁਰਬਾਣੀ ਸੁਣੋ, ਅਤੇ ਤੁਹਾਡੇ ਸਿਮਰ ਕੇ ਤੁਸੀਂ ਅਰਦਾਸ ਕਰੋ ਵੀ ਹੇ ਗੁਰੂ ਅੱਜ ਤੂੰ ਮੇਰੇ 'ਤੇ ਬੜੀ ਕਿਰਪਾ ਕੀਤੀ, ਮੇਰੇ ਤੋਂ ਸਿਮਰਨ ਕਰਵਾ ਲਿਆ, ਮੇਰੇ ਤੋਂ ਨਿਤਨੇਮ ਕਰਵਾ ਲਿਆ, ਜਦੋਂ ਕਿਰਪਾ ਵਾਪਰਦੀ ਹੈ ਅਨਹਦ ਨਾਦ ਸੁਣਦਾ। ਠੀਕ ਹੈ। ਅਤੇ ਉਦੋਂ ਬੰਦੇ ਨੂੰ ਸਾਰੇ ਸ਼ਬਦ ਸਮਝ ਆਉਂਦੇ। ਉਹ ਬੰਦਾ ਫਿਰ ਕਹਿੰਦਾ ਵੀ ਜਿਹੜਾ ਮਰਜ਼ੀ ਜਿੱਥੇ ਮਰਜ਼ੀ, ਉਹਦੇ ਉਹਦੇ ਪਰਥਾਈ ਇਹ ਹੈ ਵੀ ਜਾਮ ਗੁਰੂ ਹੋਏ ਵੱਲ ਗਿਆਨ ਔਰ ਧਿਆਨ ਅਨਨ ਪਰ। ਹੁਣ ਉਹ ਬੰਦੇ ਦੇ ਤਾਂ ਮੁੱਖ 'ਤੇ ਹੀ ਗਿਆਨ ਰਹਿੰਦਾ ਗੁਰੂ ਦੀ ਕਿਰਪਾ ਦੇ ਸਦਕਾ। ਇਹ ਜਿਹੜੇ ਬੰਦੇ ਹੁਣ ਇਹ ਕਿਤਾਬਾਂ 'ਤੇ ਕਿਤਾਬਾਂ ਪੜ੍ਹੀ ਜਾਂਦੇ ਹੈ, ਸ਼ੁਰੂ ਤੋਂ ਹੀ ਇਸ ਸਿਸਟਮ ਬਣਾ ਲੈਂਦੇ ਵੀ ਕਿਤਾਬਾਂ ਪੜ੍ਹੋ, ਉਹ ਫਿਰ ਉਹ ਜਿਵੇਂ ਦੀ ਭਾਈ ਵੀਰ ਸਿੰਘ ਇੱਕ ਜਗ੍ਹਾ 'ਤੇ ਲਿਖਦੇ ਆ ਵੀ ਜਿਵੇਂ ਦੀ ਭਿਖਾਰੀਆਂ ਦੇ ਕੋਲ ਪਾਤਰ ਹੁੰਦਾ, ਸਿਰਕਚ ਕੌਲ ਬਣਾ ਹੱਥ ਲੀਤਾ, ਫੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਇਹ ਭਰਿਆ, ਪੜਿਆ ਜਾਣ ਕੇ ਆਕੜਿਆ ਸੀ ਮੈਂ ਪੰਡਿਤ ਹੋਇਆ, ਇੱਕ ਦਿਨ ਇਹ ਕਚਕੌਲ ਲੈ ਗਿਆ ਮੁਰਸ਼ਿਦ ਮੂਹਰੇ ਧਰਿਆ। ਹੁਣ ਉਹ ਕਹਿੰਦਾ ਵੀ ਮੈਂ ਜਿਵੇਂ ਦੀ ਭਿਖਾਰੀ ਜਾਂ ਭਿੱਖਿਆ ਮੰਗਣ ਵਾਲੇ ਕੋਲ ਕਚਕੌਲ ਹੁੰਦਾ ਵੀ ਸਿਰ ਦੇ ਵਿੱਚ ਤੂੰ ਵੀ ਪ੍ਰੋਫੈਸਰ ਸਾਹਿਬ ਸਿੰਘ ਇਹ ਕਹਿੰਦੇ ਆ ਜੀ, ਫਲਾਨਾ ਸਟੀਕ ਇਹ ਕਹਿੰਦਾ, ਫਲਾਨੀ ਕਿਤਾਬ 'ਚ ਇਹ ਲਿਖਿਆ, ਉਹ ਸਾਰਾ ਭਰ ਲਿਆ। ਠੀਕ। ਫਿਰ ਇਹ ਹੋਇਆ ਵੀ ਜਿਵੇਂ ਉਹਨਾਂ ਨੂੰ ਇਹ ਹੁੰਦਾ ਵੀ ਪੁਰਾਣੇ ਸਮੇਂ 'ਚ ਪੰਡਿਤ ਹੋ ਗਿਆ, ਹੁਣ ਐਵੇਂ ਵਿਦਵਾਨ ਹੋ ਗਿਆ। ਇੱਕ ਦਿਨ ਮੈਂ ਮੁਰਸ਼ਿਦ ਕੋਲ ਗਿਆ, ਉਹ ਕਹਿੰਦਾ ਵੀ ਤੇਰਾ ਆਪਣਾ ਅਨੁਭਵ ਤੇ ਕੁਝ ਵੀ ਨਹੀਂ ਇਹਦੇ ਵਿੱਚ। ਉਹਨੇ ਕਿਹਾ ਵੀ ਸਭ ਝੂਠ ਹੈ। ਫਿਰ ਉਹ ਭਾਈ ਵੀਰ ਸਿੰਘ ਲਿਖਦੇ ਵੀ ਝੂਠ ਝੂਠ ਕਰ ਸਭ ਉਲਟਾਇਆ, ਖਾਲੀ ਸਾਰਾ ਕਰਿਆ, ਦੇਖੋ ਇਹ ਕਚਕੌਲ ਲਿਸ਼ਕਿਆ ਵਾਂਗ ਕਮਲ ਦੇ ਖਿੜਿਆ। ਵੀ ਉਹ ਇਹ ਫਿਰ ਉਹਦੇ ਅੰਦਰੋਂ ਅਨੁਭਵੀ ਚੀਜ਼ ਨਹੀਂ ਨਿਕਲ ਰਹੀ ਅੰਦਰੋਂ, ਇਸ ਕਰਕੇ ਇਹਨਾਂ ਦੇ ਅੰਦਰ ਡਰ ਵੀ ਇਹਨਾਂ ਨੂੰ ਇਹ ਹੈ ਵੀ ਪੂਰਨ ਤੌਰ ਤੇ ਸਪਸ਼ਟ ਨਹੀਂ ਕਰ ਪਾਉਂਦੇ, ਛੇੜ ਤਾਂ ਲੈਂਦੇ ਆ ਮਸਲਾ। ਮਤਲਬ ਦੁਨਿਆਵੀ ਪੜ੍ਹਾਈ ਹੈਗੀ ਆ, ਅਨੁਭਵੀ ਜਿਹੜੀ ਆ ਗਿਆਨ ਉਹ ਹੈ ਨਹੀਂਗਾ, ਉਹ ਅਨੁਭਵੀ ਗਿਆਨ ਹੈ ਨਹੀਂ। ਤੇ ਗਿਆਨੀ ਜੀ
ਜਿਵੇਂ ਜਿਵੇਂ ਹੁਣ ਆਪਾਂ ਚਲੋ ਤਾਜ਼ਾ ਘਟਨਾ ਦੀ ਗੱਲ ਕੀਤੀ, ਇੰਗਲੈਂਡ ਦੀ ਗੱਲ ਅਮਰੀਕ ਸਿੰਘ ਚੰਡੀਗੜ੍ਹੀਏ ਦੀ ਕੀਤੀ, ਉਹ ਤੁਸੀਂ ਉਹਨਾਂ ਬਾਰੇ ਵੀ ਦੱਸਿਆ। ਤਾਜ਼ਾ ਘਟਨਾ ਪੰਜਾਬ ਦੇ ਵਿੱਚ ਮਤਲਬ ਗੁਰਦੁਆਰਾ ਗੁਰਦਾਸਪੁਰ ਪ੍ਰਕਾਸ਼ ਚੌਂਕ ਮਹਿਤਾ ਤੋਂ ਇੱਕ ਬਿਆਨ ਆਉਂਦਾ ਆ ਭਾਈ ਚਰਨਜੀਤ ਸਿੰਘ ਜੀ ਜੱਸੋਵਾਲ ਹੁਣਾਂ ਦਾ, ਉਸ ਤੋਂ ਬਾਅਦ ਕਿੰਨੀ ਚਰਚਾ ਛਿੜ ਗਈ ਆ, ਤੁਸੀਂ ਵੀ ਉਹ 'ਤੇ ਗੱਲਬਾਤ ਕੀਤੀ ਆ। ਅਸਲ 'ਚ ਉਹ ਗੱਲ ਹੈ ਕਿ ਉਹਨੂੰ ਮਤਲਬ ਇੰਨਾ ਸੀਰੀਅਸ ਕਿਉਂ ਲਿਆ ਜਾ ਰਿਹਾ? ਉੱਧਰੋਂ ਪੂਰੀ ਦੁਨੀਆ ਦੇ ਵਿੱਚ ਜਿਹੜਾ 6 ਜੂਨ ਦਾ ਮਤਲਬ ਜਿਹੜਾ ਘੱਲੂਘਾਰ ਆ ਉਹਨੂੰ ਸੰਗਤਾਂ ਆਪੋ ਆਪਣੇ ਤਰੀਕੇ ਨਾਲ ਮਨਾਉਣ ਜਾ ਰਹੀਆਂ, ਪਰ ਇਹਨੂੰ ਇੱਕ ਇਹੋ ਜਿਹਾ ਮਤਲਬ ਇਸ਼ੂ ਬਣਾ ਲਿਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਮਤਲਬ ਇਨਵੋਲਵ ਹੋਣਾ ਪਿਆ। ਉਸ ਤੋਂ ਬਾਅਦ ਕੀ ਮਤਲਬ ਇਹ ਘਟਨਾ ਨੇ ਆਪਣਾ ਰੰਗ ਦਿਖਾਇਆ, ਤੁਸੀਂ ਇਹਦੇ ਬਾਰੇ ਕੀ ਸੋਚਦੇ? ਹੁਣ ਜੀ ਚਰਨਜੀਤ ਸਿੰਘ ਜੱਸੋਵਾਲ ਹੋਰਾਂ ਨੇ ਇਹ ਗੱਲ ਕਹੀ ਹੈ, ਔਨ ਰਿਕਾਰਡ ਹੈ ਵੀ 6 6, ਪਰ ਉਹਨਾਂ ਨੇ ਇਹ ਕਿਸੇ ਦਾ ਨਾਮ ਲੈ ਕੇ ਥੋੜ੍ਹਾ ਕਹੀ ਹੈ। ਉਹਨਾਂ ਨੇ ਕਿਹਾ ਵੀ ਜਿਹੜਾ ਵੀ ਗੁਰੂ ਦੇ ਵਿਚਾਰ ਦੀ ਨਿੰਦਿਆ ਕਰਦਾ ਹੈ, ਠੀਕ, ਸਰੋਵਰਾਂ ਦੀ ਨਿੰਦਿਆ ਕਰਦਾ ਹੈ, ਹਾਂਜੀ, ਵੀ ਅਸੀਂ ਉਹ ਤਾਂ ਹੈ ਹੀ ਹੈ ਵੀ ਹੁਣ ਕੋਈ ਆਏ ਤਾਂ ਸਾਰੇ ਗੁਰੂ ਦੀ ਸਿਫਤੋ ਸਲਾਹ ਸੁਣਨੀ ਹੈ, ਹਾਂਜੀ, ਤੁਸੀਂ ਅੱਗੇ ਗੁਰੂ ਦੀ ਨਿੰਦਿਆ ਸੁਣਾ ਰਹੇ ਹੋ, ਜਾਂ ਤਾਂ ਫਿਰ ਪੂਰਾ ਇਹ ਚੀਜ਼ ਹੈ ਵੀ ਸ਼ੱਕ ਨਾ ਪੈਦਾ ਹੋਵੇ, ਤੁਹਾਡੀ ਕਥਾ ਇਸ ਤਰ੍ਹਾਂ ਦੀ ਹੋਵੇ, ਤੁਸੀਂ ਕਿਸੇ ਵੀ ਗੱਲ 'ਤੇ ਜੇ ਤਰਕ ਕਰਨੀ ਹੈ ਪੂਰਾ ਸਪਸ਼ਟ ਦਿਓ। ਹੁਣ ਜਿਵੇਂ ਦੀ ਦਰਬਾਰ ਸਾਹਿਬ ਦੇ ਸਰੋਵਰ 'ਤੇ ਵੀ, ਅੰਮ੍ਰਿਤਸਰ ਸਰੋਵਰ 'ਤੇ ਵੀ ਉਹਨਾਂ ਨੇ ਕਿਹਾ ਵੀ ਇਹ ਬੜੇ ਬੰਦੇ ਤਰਕ ਕਰਦੇ ਆ, ਹੁਣ ਭਾਈ ਰਣਜੀਤ ਸਿੰਘ ਵੀ ਵਾਰੀ ਵਾਰੀ ਪਾਣੀ ਪਾਣੀ ਕਹਿੰਦੇ ਆ। ਹੁਣ ਮੈਂ ਉਹਨਾਂ ਨੂੰ ਕਿਹਾ ਵੀ ਫਿਰ ਤੁਸੀਂ ਇਹ ਬਿਆਨ ਦੇ ਦਿਓ ਵੀ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਰੋਵਰ ਦਾ ਨਾਂ ਅੰਮ੍ਰਿਤਸਰ ਰੱਖਿਆ, ਵੀ ਸਰ ਸਰੋਵਰ ਨੂੰ ਕਹਿੰਦੇ ਅੰਮ੍ਰਿਤ ਦਾ ਸਰੋਵਰ, ਹਾਂਜੀ, ਕਿਹਾ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਨੀ ਪਤਾ ਵੀ ਇਹ ਪਾਣੀ ਹੈ, ਵੀ ਜਾਂ ਫਿਰ ਉਹ ਜਦੋਂ ਸਹੀ ਨਾਮ ਉਹਨਾਂ ਨੇ ਨਹੀਂ ਰੱਖਿਆ, ਜਾਂ ਫਿਰ ਉਹ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਅੰਮ੍ਰਿਤ ਹੈ, ਨਾ ਤਾਂ ਇਹ ਗਹਿਰਾਈ ਦੇ ਵਿੱਚ ਉਹਨੂੰ ਸਪਸ਼ਟ ਕਰਨ ਪਾ ਰਹੇ ਹੈ। ਫਿਰ ਇੱਕ ਮੈਨੂੰ ਕੱਲ੍ਹ ਵੀ ਵਿਦਵਾਨ ਕਹਿੰਦਾ ਜੀ ਵੀ ਤੁਸੀਂ ਸਬੂਤ ਦਿਓ, ਮੈਂ ਕਿਹਾ ਜੀ ਭਾਈ ਗੁਰਦਾਸ ਜੀ ਦੀਆਂ 12 ਪੜ੍ਹ ਲਓ, ਠੀਕ ਹੈ, ਬੈਠਾ ਸੋਢੀ ਪਾਤਸ਼ਾਹ ਰਾਮ ਪੂਰਨ ਤਾਲ ਘਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਹੁਣ ਨਾ ਤਾਂ ਇਹ ਪੂਰਨ ਤਾਲ ਦੀ ਵਿਆਖਿਆ ਕਰ ਰਹੇ ਹੈ, ਹਾਂਜੀ, ਤੇ ਉਹ ਹੁਣ ਅੰਮ੍ਰਿਤਸਰ ਕਹਿੰਦੇ ਆ ਵੀ ਨਾਮ ਅੰਮ੍ਰਿਤਸਰ ਹੈ, ਉਸ ਤੇ ਨਾਮ ਤੋਂ ਸ਼ਹਿਰ ਦਾ ਨਾਮ ਪਿਆ। ਤੇ ਅੱਜ ਵੀ ਇੱਕ ਵਿਦਵਾਨ ਕਹਿੰਦਾ ਜੀ ਵੀ ਉਸ ਟਾਈਮ ਨਾ ਸਰੋਵਰਾਂ ਦੀ ਤਾਂ ਲੋੜ ਸੀ ਵੀ ਪਾਣੀ ਦੀ ਘਾਟ ਸੀ, ਤੇ ਫਿਰ ਬਟਾਲੇ ਦੇ ਵਿੱਚ ਤਾਂ ਕੋਈ ਸਰੋਵਰ ਹੀ ਨਹੀਂ ਹੈਗਾ, ਵੀ ਉੱਥੇ ਪਾਣੀ ਦੀ ਘਾਟ ਕਿਵੇਂ ਪੂਰੀ ਹੁੰਦੀ ਸੀਗੀ, ਵੀ ਨਾ ਤਾਂ ਇਹ ਚੰਗੀ ਤਰ੍ਹਾਂ ਨਾਲ ਸਪਸ਼ਟ ਕਰਦੇ ਆ, ਇਸ ਕਰਕੇ ਇਹ ਨਾ ਸ਼ੱਕ ਪੈਦਾ ਕਰ ਦਿੰਦੇ ਆ। ਤੇ ਜਿੱਦਾਂ ਆਪਾਂ ਗੱਲ ਕੀਤੀ ਆ ਸੰਤ ਚਰਨਜੀਤ ਸਿੰਘ ਜੱਸੋਵਾਲ, ਤੁਸੀਂ ਕਿਹਾ ਵੀ ਉਹਨਾਂ ਨੇ ਕਿਸੇ ਦਾ ਨਾਂ ਨਹੀਂ ਲਿਆ, ਤੇ ਫਿਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਬੋਲਣ ਦੀ ਕਿਉਂ ਲੋੜ ਪੈ ਗਈ ਵੀ ਮੈਨੂੰ ਕਹਿ ਰਹੇ ਆ, ਮੈਨੂੰ ਕਹਿ ਰਹੇ ਆ? ਨਹੀਂ, ਇਹਨਾਂ ਦੀ ਗੱਲ ਤਾਂ ਇਹ ਹੈ ਵੀ ਜਦੋਂ ਜੇ ਤਾਂ ਪਿੱਛੇ ਜੇ ਤੁਸੀਂ ਇਹਨਾਂ ਦਾ ਪ੍ਰਚਾਰ ਸੁਣੋ, ਇਹ ਕਹਿੰਦੇ ਸੀ ਜੀ ਅਸੀਂ ਤੁਹਾਡੇ ਬ੍ਰਹਮ ਗਿਆਨੀ ਦਾ ਜਲੂਸ ਕੱਢਾਂਗੇ, ਹਾਂਜੀ, ਵੀ ਇੱਥੇ ਕੈਸਟਾਂ ਚਲਾਇਆ ਕਰਾਂਗੇ, ਉਦੋਂ ਗਿਆਨੀ ਗੁਰਲਾਲ ਸਿੰਘ ਨੇ ਵੀਡੀਓ ਪਾਤੀ ਵੀ ਜੀ ਤੁਸੀਂ ਕਿਹੜੇ ਬ੍ਰਹਮ ਗਿਆਨੀ ਦਾ ਜਲੂਸ ਕੱਢਾਂਗੇ ਕੱਢੋਗੇ। ਇਹ ਅਗਲੇ ਦੀਵਾਨ 'ਚ ਕਹਿੰਦੇ ਜੀ ਦੇਖੋ ਮੈਂ ਤਾਂ ਕਿਸੇ ਦਾ ਨਾਮ ਨਹੀਂ ਲਿਆ ਸੀਗਾ। ਟਕਸਾਲੀਆਂ ਨੇ ਇਸ ਚੀਜ਼ ਨੂੰ ਪਕੜ ਲਿਆ ਜੀ, ਵੀ ਇਹਦਾ ਮਤਲਬ ਟਕਸਾਲੀਆਂ ਦੇ, ਮੈਂ ਤਾਂ ਕਿਹਾ ਸੀ ਵੀ ਤੁਹਾਡੇ ਬ੍ਰਹਮ ਗਿਆਨੀ ਬੂਝੜ ਹੈ ਤੇ ਤੁਸੀਂ ਬੋਲ ਪਏ ਦਾ ਮਤਲਬ ਤੁਹਾਡੇ ਬ੍ਰਹਮ ਗਿਆਨੀ ਬੂਝੜ ਹੈ। ਜੇ ਇਹ ਹੁਣ ਜੱਸੋਵਾਲ ਨੇ ਤਾਂ ਨਾਮ ਨਹੀਂ ਲਿਆ, ਉਹਨੇ ਤਾਂ ਗੁਰੂ ਨਿੰਦਕ ਕਿਹਾ, ਇਹ ਆਪਣੇ ਆਪ ਹੀ ਅੱਗੇ ਆ ਗਏ। ਇਹ ਹੁਣ ਬੱਬੂ ਮਾਨ ਨੇ ਵੀ ਜਦੋਂ ਗਾਣਾ ਗਾਇਆ ਸੀ ਉਹਨੇ ਕਿਸੇ, ਜੇ ਤੁਹਾਡੇ ਤੁਸੀਂ ਲਗਾਈ ਨਹੀਂ ਬੱਤੀ ਪਰ ਤੁਹਾਨੂੰ ਕੀ ਪ੍ਰੋਬਲਮ, ਤੁਸੀਂ ਕਿਉਂ ਅੱਗੇ ਆ ਗਏ, ਹੋਰ ਕੋਈ ਪੰਜਾਬ ਦੇ ਵਿੱਚੋਂ ਅੱਗੇ ਨਾ ਆਇਆ? ਇਹ ਬਿਨਾਂ ਮਤਲਬ ਦਾ ਅੱਗੇ ਆਉਣ ਵਾਲੀ ਗੱਲ ਹੈ ਵੀ ਉਹ ਜੀ ਕਹਿ ਤਾ ਉਹਨਾਂ ਨੇ ਤਾਂ ਕਿਹਾ ਵੀ ਜੇ ਕੋਈ ਨਿੰਦਿਆ ਕਰੂਗਾ ਉਹ ਤੁਸੀਂ, ਪਹਿਲੀ ਗੱਲ ਤਾਂ ਇਹਨਾਂ ਨੇ ਤਾਂ ਨਾਲੇ ਇਹਨਾਂ ਕੋਲ ਤਾਂ ਪਹਿਲਾਂ ਹੀ ਸਿਕਿਉਰਿਟੀ ਬੜੀ ਹੈ, ਤੁਹਾਡੇ ਸ਼ਸਤਰ ਸਿੰਘ ਉਹ ਹਥਿਆਰ ਚੁੱਕੀ ਫਿਰਦੇ, ਬਸ ਇੱਕ ਬਿਨਾਂ ਮਤਲਬ ਤੋਂ ਆਪਣੇ ਤੇ ਲੈਣ ਵਾਲੀ ਗੱਲ ਹੈ ਨਾ, ਮਤਲਬ ਜਾਂ ਉਹ ਆਪਣੇ ਆਪ ਨੂੰ ਸਮਝਦੇ ਆ ਅਸੀਂ ਨਿੰਦਿਆ ਕਰਦੇ ਹਾਂ। ਵੀ ਭਾਈ ਪੰਥਪ੍ਰੀਤ ਸਿੰਘ ਵੀ ਫਿਰ ਉਹਨਾਂ ਨੂੰ ਵੀ ਸਿਕਿਉਰਿਟੀ ਦਿਓ ਜੀ, ਆਪਣੇ ਸਰਬਜੀਤ ਸਿੰਘ ਧੂੰਦਾ ਨੂੰ ਵੀ ਦਿਓ, ਹਰਜੀਤ ਸਿੰਘ ਢਪਾਲੀ ਨੂੰ ਦਿਓ, ਬੜੇ
ਮਾਝੀ ਨੂੰ ਦਿਓ ਵੀ, ਫਿਰ ਤਾਂ ਉਹ ਵੀ ਬੜੇ ਹੈਗੇ, ਉਹ ਵੀ ਪ੍ਰਚਾਰ ਕਰਦੇ ਹੈ ਜੀ ਇਸ ਤਰ੍ਹਾਂ ਦੇ ਤਰਕਾਂ ਦੇ ਨਾਲ ਵੀ ਜੀ, ਪਰ ਇਹਨਾਂ ਨੇ ਆਪਦੇ 'ਤੇ ਲੈ ਲਿਆ ਵੀ ਬਸ ਜੀ, ਵੀ ਬਿਨਾਂ ਨਾਮ ਲਏ ਤੋਂ ਹੀ ਆਪਣੇ 'ਤੇ ਲੈ ਲਿਆ ਇਹਨਾਂ ਨੇ। ਪਰ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਮਸਲੇ ਨੂੰ, ਜਿੱਦਾਂ ਮਤਲਬ ਜੇ ਹੁਣ ਆਪਾਂ ਇਹਨੂੰ ਕੌਮੀ ਮਸਲਾ ਲਵਾਂਗੇ ਜਾਂ ਕਿ ਦੋ ਧਿਰਾਂ ਦਾ ਮਸਲਾ, ਬਈ ਟਕਸਾਲੀਆਂ ਦਾ ਅਤੇ ਮਸ਼ੀਨਰੀਆਂ ਦਾ ਮਸਲਾ, ਸੰਘ ਦੇ ਪੁੱਛਣਾ ਚਾਹੁੰਦੀ ਹੈ। ਨਹੀਂ ਇਹ ਜੇ ਤਾਂ ਤੁਸੀਂ ਜੇ ਅਗਲੇ ਦੀ ਪਰਸਨਲ ਅਵਸਥਾ ਦੇਖੋਗੇ ਤਾਂ ਕੌਮੀ ਮਸਲਾ ਹੈ ਵੀ ਉਹ ਠੀਕ ਅਗਲੇ ਨੂੰ, ਕੋਈ ਵੀ ਬੰਦਾ ਹੈ ਉਹਨੂੰ, ਚਲੋ ਉਹਨੇ ਬੀ ਡਸਟ ਆ ਕੇ ਗੱਲ ਕਹਿਤੀ, ਉਹਨੂੰ ਦੁੱਖ ਲੱਗਦਾ ਠੀਕ ਹੈ, ਅਤੇ ਪਰ ਅਗਲੇ ਨੂੰ ਜੇ ਤੁਸੀਂ ਪਰਸਨਲੀ ਵੀ ਲੈ ਸਕਦੇ ਹੋ ਵੀ ਉਹ ਇਕੱਲੇ ਬੰਦੇ ਨੇ ਕਹੀ ਹੈ ਵੀ ਹੁਣ ਉਹਨੇ, ਉਹਦੇ ਇਕੱਲੇ ਦੇ ਜਜ਼ਬਾਤ ਹੈ ਉਹ, ਹੁਣ ਹਰ ਗੱਲ ਕੋਈ ਸਾਰੇ ਜਿੰਨੇ ਟਕਸਾਲ ਦੇ ਸਿੰਘ ਹੈ ਜਾਂ ਟਕਸਾਲ ਦੇ ਮੁਖੀ ਆ ਉਹਨਾਂ ਨੂੰ ਕੋਈ ਪੁੱਛ ਕੇ ਤਾਂ ਹਰ ਬੰਦਾ ਬਿਆਨ ਨਹੀਂ ਦਿੰਦਾ, ਅਗਲੇ ਨੇ ਆਪਣੇ ਜਜ਼ਬਾਤ ਪ੍ਰਗਟ ਕਰਤੇ ਅਤੇ ਪਰ ਉਹ ਮੰਨੇ ਸਾਰਿਆਂ ਦੇ ਜਾਂਦੇ ਆ ਬਸ ਇਸ ਤਰ੍ਹਾਂ ਦੇ ਨਾਲ, ਬਾਕੀ ਪ੍ਰਗਟ ਇਸ ਤਰ੍ਹਾਂ ਨਾਲ ਕਰਦੇ ਆ ਵੀ ਸਾਰਿਆਂ ਦੇ ਉੱਤੇ ਲਾ ਦਿਓ। ਨਹੀਂ ਮੇਰਾ ਸਵਾਲ ਇਹ ਸੀ ਵੀ ਜਿੱਦਾਂ ਹੁਣ ਤੁਸੀਂ ਵੀ ਬੋਲਦੇ ਆ ਆਪਾਂ, ਜਾਂ ਬਹੁਤ ਜਿੱਦਾਂ ਗੁਰਲਾਲ ਸਿੰਘ ਦੀ ਗੱਲ ਕੀਤੀ ਆ, ਹੋਰ ਬਹੁਤ ਪ੍ਰਚਾਰਕ ਜਿੱਦਾਂ ਮਤਲਬ ਅਮਰੀਕਾ, ਕਨੇਡਾ, ਇੰਗਲੈਂਡ ਤੋਂ ਮਤਲਬ ਸਾਰੇ ਜਦੋਂ ਵੀ ਕੋਈ ਗੱਲ ਹੁੰਦੀ ਹੈ, ਜਿੱਦਾਂ ਤੁਸੀਂ ਜਿਹਨਾਂ ਦਾ ਆਪਾਂ ਨਾਂ ਜ਼ਿਕਰ ਕੀਤਾ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦਾ, ਪੰਥਪ੍ਰੀਤ ਸਿੰਘ ਦਾ, ਉਹਨਾਂ ਦਾ, ਜਦੋਂ ਇਹਨਾਂ ਨੂੰ ਜਵਾਬ ਕੋਈ ਦਿੰਦੇ ਆ ਉਹ ਮਸਲਾ ਇਕੱਲੇ ਟਕਸਾਲੀ ਦਿੰਦੇ ਆ, ਇਕੱਲੀ ਟਕਸਾਲ ਹੀ ਇਹ ਮਸਲਾ ਉਠਾਉਂਦੀਆਂ ਕਿ ਜਾਂ ਸਾਰੇ ਜਿੱਦਾਂ ਨਿਹੰਗ ਜਥੇਬੰਦੀਆਂ ਆ, ਹੋਰ ਬਹੁਤ ਸਾਰੀਆਂ ਪੰਥ ਦੀਆਂ ਜਿਹੜੀਆਂ ਸੰਸਥਾਵਾਂ ਆ, ਇਹ ਮਸਲਾ ਸਾਰਿਆਂ ਦਾ ਹੈ ਜਾਂ ਇਕੱਲਾ ਟਕਸਾਲ ਦਾ ਹੀ ਹੈ? ਨਹੀਂ ਮਸਲਾ ਤਾਂ ਸਾਰੇ ਹੀ ਉਠਾਉਂਦੇ, ਹਾਂ ਨਾਲੇ ਜਿਹੜਾ ਬੰਦਾ ਹੁਣ ਗੋਲ ਪੱਗ ਜਾਂ ਜਿਹੜਾ ਚੋਲਾ ਉਹ ਤਾਂ ਨਿਹੰਗ ਸਿੰਘ ਵੀ ਪਾਉਂਦੇ ਆ ਹੁਣ ਇਹਨਾਂ, ਪਰ ਇਹ ਕੋਈ ਵੀ ਮਸਲਾ ਹੁੰਦਾ ਇਹ ਟਕਸਾਲ ਦੇ ਨਾਮ ਲਾਉਂਦੇ। ਮੇਰਾ ਸਵਾਲ ਹੀ ਇਹੀ ਆ ਵੀ ਟਕਸਾਲ ਨਾਲ ਕਿਉਂ ਲੱਗਦਾ ਇਹ ਮਸਲਾ? ਨਹੀਂ ਨਹੀਂ ਇਹ ਹੁਣ ਇਹ ਕਿਉਂਕਿ ਇਹ ਖੁਦ ਹੀ ਲਾਉਂਦੇ ਆ ਜੀ, ਵੀ ਹੋਰ ਕਿਸੇ ਦੇ ਨਾਮ ਨਾਲ ਲਾ ਕੇ ਰਾਜੀ ਨਹੀਂ ਮੈਨੂੰ ਲੱਗਦਾ ਪਤਾ। ਹੁਣ ਉੱਥੇ ਜਾਂ ਤਾਂ ਕੋਈ ਆਈਡੀ ਕਾਰਡ ਚੈੱਕ ਕਰੋ ਵੀ ਤੂੰ ਭਾਈ ਟਕਸਾਲੀ ਹੈ, ਵੀ ਤੂੰ ਕੋਈ ਟਕਸਾਲ ਨੇ ਆਈਡੀ ਕਾਰਡ ਇਸ਼ੂ ਕੀਤੇ ਇੰਗਲੈਂਡ ਦੇ ਵਿੱਚ, ਹਾਂਜੀ ਵੀ ਇਹ ਹੁਣ ਤੁਸੀਂ ਗੋਲ ਪਰਨਾ ਜਾਂ ਚੋਲਾ ਇਹ ਤਾਂ ਕੋਈ ਵੀ ਪਾ ਸਕਦਾ ਠੀਕ ਹੈ, ਇੱਕ ਅੱਧਾ ਵਿਅਕਤੀ ਜਿਹੜਾ ਟਕਸਾਲ ਦਾ ਵੀ ਹੈ ਤਾਂ ਹੁਣ ਉੱਥੇ ਤਾਂ ਸੰਗਤ ਹੈ। ਜਰਮਨ ਦੇ ਵਿੱਚ ਵੀ ਹੁਣ ਇਹ ਨਾਮ ਲਾ ਦਿੰਦੇ ਵੀ ਹਾਂ ਜੇ ਇੱਕ ਅੱਧਾ ਇੱਕ ਜਗ੍ਹਾ 'ਤੇ ਕੋਈ ਪ੍ਰਗਟ ਉਹਨਾਂ ਦੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ, ਹੁਣ ਇਹ ਤਾਂ ਵੀ ਸਾਰਾ ਕਾਤੇ ਸਾਰੇ ਕਿਤੇ, ਜਿਵੇਂ ਦੀ ਹੁਣ ਇੱਕ ਨੋਰਮਲੀ ਜੀ ਗੱਲ ਹੈ ਜੀ ਵੀ ਪੰਜਾਬ ਦੇ ਵਿੱਚ ਕੁਛ ਵੀ ਵਾਪਰ ਗਿਆ ਤਾਂ ਵੀ ਉਹ ਹੁਣ ਪੁਲਿਸ ਜ਼ਿਆਦਾਤਰ ਇਹੀ ਹੈ ਵੀ ਜੇ ਵਿਹਲੇ ਬੈਠੇ ਕਹਿ ਦਿਓ ਵੀ ਆਈਐਸਆਈ ਦਾ ਹੱਥ ਹੈ, ਪਰ ਉਹ ਇੱਕ ਉਹਦੇ ਨਾਮ ਲਾ ਦਿਓ ਵੀ ਕੋਈ ਟ੍ਰੈਂਡ ਮਾਰਕਾ ਬਣਿਆ ਬਸ ਉਵੇਂ ਤਰ੍ਹਾਂ ਨਾਲ, ਵੀ ਭਾਵੇਂ ਨਾ ਕਿਸੇ ਨੇ ਹੱਥ ਵੇਖਿਆ ਹੁੰਦਾ ਨਾ ਲੈਣਾ ਨਾ ਦੇਣਾ, ਪਰ ਇੱਕ ਨਾਮ ਲਾ ਦਿਓ ਬਸ ਇਨ ਦਾ ਮੀਨ, ਚਾਹੇ ਬਾਅਦ 'ਚ ਕੁਛ ਵੀ ਨਿਕਲੇ ਵੀ ਹੁਣ ਕੇਰਾਂ ਕੁਛ ਨਾ ਕੁਛ ਤਾਂ ਕਹਿਣਾ ਹੀ ਹੈ। ਠੀਕ ਹੈ ਗਿਆਨੀ ਜੀ, ਆਪਾਂ ਜਿੱਦਾਂ ਪ੍ਰੋਗਰਾਮ ਨੂੰ ਜ਼ਿਆਦਾ ਲੰਬਾ ਵੀ ਨਹੀਂ ਕਰਨਾ ਚਾਹੁੰਦੇ, ਮੈਂ ਤਕਰੀਬਨ ਦੋ ਸਵਾਲ ਮੇਰੇ ਹੋ ਰਿਹਾ। ਇੱਕ ਤਾਂ ਸਵਾਲ ਇਹ ਆ ਕਿ ਪ੍ਰਚਾਰਕ ਨੂੰ ਕਿਹੋ ਜਿਹਾ ਹੋਣਾ ਚਾਹੀਦਾ ਵੀ ਜਿਹੜਾ ਕੌਮ ਦੇ ਵਿੱਚ ਉਹਦਾ ਸਤਿਕਾਰ ਵੀ ਬਣਿਆ ਰਹੇ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵੀ ਹੋਵੇ? ਨਹੀਂ ਵੀ ਜਿੰਨਾ ਕੁ ਬੰਦਾ ਪ੍ਰਚਾਰਕ ਇਹ ਹੈ ਵੀ ਜਿੰਨਾ ਬੰਦਾ ਖੁਦ ਦਾ ਅਨੁਭਵ ਹੈ, ਹਾਂਜੀ, ਜੋ ਕੁਝ ਉਹਨੇ ਖੁਦ ਮਾਣਿਆ ਜਾਣਿਆ ਉਹੀ ਪ੍ਰਚਾਰਕ ਹੈ ਠੀਕ, ਵੀ ਜਿਹੜਾ ਤੁਸੀਂ ਬਿਨਾਂ ਅਨੁਭਵ ਤੋਂ ਕੁਝ ਵੀ ਗੱਲ ਕਹਿੰਦੇ ਹੈ ਤਾਂ ਉਹਦੇ ਨਾਲ ਜੋ ਆਪਣੇ ਤੇ ਆਪ ਤੇ ਹੰਢਾਇਆ ਨਹੀਂ ਹੈ ਉਹਦੇ ਨਾਲ ਸਿਵਾਏ ਦੁਬਧਾ ਤੋਂ ਕੁਝ ਵੀ ਨਹੀਂ ਪੈਣਾ, ਇਸ ਉਹਦੇ ਨਾਲ ਸ਼ੱਕ ਹੀ ਪੈਣਗੇ, ਗੱਲਾਂ ਬਹੁਤ ਵੱਖਰੀਆਂ ਛੇੜ ਲੈਂਦੇ ਆ, ਔਰ ਜਪ ਤੋਂ ਬਿਨਾਂ ਤਾਂ ਕੋਈ ਪ੍ਰਚਾਰ ਹੈ ਹੀ ਨਹੀਂ ਠੀਕ, ਇਕੱਲਾ ਜੇ ਤੁਸੀਂ ਕਿਤਾਬਾਂ ਪੜ੍ਹ ਪੜ੍ਹ ਕੇ ਤਾਂ ਇਹਦੇ ਨਾਲ ਇਕੱਲੀ ਚੁੰਝੀ ਗਿਆਨ ਦੀ ਬਣਦੀ ਹੈ, ਨਾਲੇ ਇਹ ਸਿਧਾਂਤ ਹੀ ਵਿੱਚ ਬਿਆਨ ਕਰ ਰਹੇ ਹੈ। ਇਹ ਪ੍ਰਚਾਰ ਜਿਹੜਾ ਵਿਚਾਰ ਦੇ ਨਾਂ 'ਤੇ ਪ੍ਰਚਾਰਿਆ ਜਾ ਰਿਹਾ ਹੈ ਇਹ ਸਿਧਾਂਤ ਹੈ,
ਜਿਹੜਾ ਜਪ ਦੇ ਨਾਲ ਵਿਚਾਰ ਦਾ ਮਤਲਬ ਹੈ ਜੀ, ਜਾਂ ਤਾਂ ਵਿਚਾਰ ਦਾ ਕੇਂਦਰ ਹੈਗਾ ਮਨ, ਠੀਕ ਹੈ, ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ, ਜਿਨ੍ਹਾਂ ਦੇ ਅੰਦਰ ਨਾਮ ਹੈ ਉਹਨਾਂ ਦੇ ਕੋਲੇ ਗੁਰਬਾਣੀ ਦੀ ਵਿਚਾਰ ਹੈ, ਉਹ ਹਰੇਕ ਪੱਖ ਨੂੰ ਬਿਆਨ ਕਰਦੇ, ਦੋਨੋਂ ਪੱਖ ਬਿਆਨ ਕਰਨਗੇ, ਇਕੱਲਾ ਇੱਕ ਪੱਖ ਬਿਆਨ ਕਰ ਦਿੰਦੇ ਆ ਉਹਦੇ ਨਾਲ ਸ਼ੱਕ ਪੈ ਜਾਂਦਾ। ਇਹ ਸਿਧਾਂਤ ਬਿਆਨ ਕਰਦੇ ਆ, ਸਿਧਾਂਤ ਸਿਰਫ ਇਕੱਲਾ ਗੁਰਬਾਣੀ 'ਚ ਇੱਕ ਜਗ੍ਹਾ 'ਤੇ ਲਿਖਿਆ, ਉੱਥੇ ਵੀ ਸਗਲ ਸਿਧਾਂਤ ਲਿਖਿਆ। ਸਗਲ ਸਿਧਾਂਤ ਦਾ ਮਤਲਬ ਹੈ ਵੀ ਕਈ ਪੱਖ, ਕਈ ਤਰ੍ਹਾਂ ਦੇ ਸਿਧਾਂਤ ਜੋੜੀਏ, ਜਿਵੇਂ ਦੀ ਤੁਸੀਂ ਜੇ ਸਾਇੰਸ 'ਚ ਵੇਖੋ ਵੀ ਨਿਊਟਨ ਦਾ ਫਸਟ ਲਾ, ਸੈਕਿੰਡ ਲਾ, ਥਰਡ ਲਾ, ਵਿਚਾਰ ਦੇ ਵਿੱਚ ਮਤਲਬ ਹੈ ਵੀ ਦੋਨੋਂ ਪੱਖ ਇਕੱਠੇ ਹੀ ਬਿਆਨ ਕਰਨੇ। ਜੋੜ ਵੀ ਹੈ ਇਹਦੇ ਨਾਲ ਵੀ, ਜਿਵੇਂ ਦੀ ਪਹਾੜਾਂ ਦੇ ਨਾਲ ਖਾਈ ਵੀ ਇਕੱਠੀ ਬਿਆਨ ਕਰਨੀ ਹੈ ਆਪਾਂ, ਉੱਥੇ ਦੂਸਰਾ ਪੱਖ ਵੀ ਦੱਸੋ, ਠੀਕ ਹੈ, ਇਕੱਲਾ ਸਿਧਾਂਤ ਬਿਆਨ ਕਰਦੇ ਆ, ਠੀਕ ਹੈ। ਗਿਆਨੀ ਜੀ, ਜਿੱਦਾਂ ਇਹ ਤਾਂ ਹੋ ਗਿਆ ਬਈ ਪ੍ਰਚਾਰਕ, ਜਿੱਦਾਂ ਤੁਸੀਂ ਕਿਹਾ ਕਿਹੋ ਜਿਹਾ ਹੋਣਾ ਚਾਹੀਦਾ, ਉਹਨੂੰ ਕੀ ਮਤਲਬ ਜਿਹੜਾ ਆਧਾਰ ਬਣਾ ਕੇ ਪ੍ਰਚਾਰ ਕਰਨਾ ਚਾਹੀਦਾ, ਪ੍ਰਚਾਰ ਅੱਜ ਦੁਨੀਆਂ ਦੇ ਵਿੱਚ ਮਤਲਬ ਜੇ ਆਪਾਂ ਮੀਡੀਆ ਦੇ ਤੌਰ 'ਤੇ ਦੇਖੀਏ ਤਾਂ ਬਹੁਤ ਜ਼ਿਆਦਾ ਹੋ ਰਿਹਾ ਧਰਮ ਦਾ ਪ੍ਰਚਾਰ। ਅਤੇ ਤੁਸੀਂ ਕੀ ਸੋਚਦੇ ਆ ਵੀ ਧਰਮ ਦੇ ਪ੍ਰਚਾਰ 'ਚ ਜਿਹੜੀਆਂ ਇੰਨੀਆਂ ਜਿੱਦਾਂ ਦੁਬਦਾਵਾਂ ਪਾਈਆਂ ਜਾ ਰਹੀਆਂ, ਜਾਂ ਇਹਦੇ ਵਿੱਚ ਕੋਈ ਮੀਡੀਆ ਦਾ ਵੀ ਰੋਲ ਹੈਗਾ ਜਾਂ ਸਿੱਖ ਮੀਡੀਆ ਦਾ ਵੀ ਰੋਲ ਹੈਗਾ? ਨਹੀਂ, ਜ਼ਿਆਦਾਤਰ ਤਾਂ ਭਾਈ ਸਾਹਿਬ ਪ੍ਰਚਾਰਕ ਦਾ ਹੀ ਹੈ, ਜੇ ਉਹ ਮੀਡੀਆ ਤਾਂ ਇੱਕ ਸਾਧਨ ਹੀ ਹੈ, ਹਾਂਜੀ, ਜ਼ਿਆਦਾਤਰ ਤਾਂ ਡਰਾਈਵਰ ਦਾ ਹੀ ਹੈ, ਮੀਡੀਆ ਤਾਂ ਇੱਕ ਵਾਹਨ ਦੀ ਤਰ੍ਹਾਂ ਜੋ ਤੁਸੀਂ ਵਰਤ ਲਿਆ। ਵੀ ਜੇ ਪ੍ਰਚਾਰਕ ਵਾਕਈ, ਜੇ ਹੁਣ ਜੇ ਤਾਂ ਇਹੀ ਹੈ ਵੀ ਦੂਜਿਆਂ ਨੂੰ ਹੀ ਉਪਦੇਸ਼ ਦੇਣਾ, ਆਪ ਉਹ ਕਰਦਾ ਹੀ ਨਹੀਂ ਹੈ, ਹਾਂਜੀ, ਫਿਰ ਤਾਂ ਸਿਵਾਏ ਉਹਦਾ ਜਿਹੜਾ ਪ੍ਰਚਾਰ ਹੈ ਉਹ ਟਾਈਮ ਪਾਸ ਹੀ, ਨਾ ਤਾਂ ਖੁਦ ਨੂੰ ਕੋਈ ਖੁਸ਼ੀ ਹੈ। ਠੀਕ ਹੈ, ਪੈਸੇ ਇਕੱਠੇ ਕੀਤੇ ਜਾ ਸਕਦੇ, ਠੀਕ, ਹੋਰ ਕੁਛ ਨਹੀਂ ਇਹਦੇ ਵਿੱਚ ਬਿਨਾਂ। ਤਾਂ ਉਹ ਗਿਆਨੀ ਧਿਆਨੀ ਬਹੁ ਉਪਦੇਸ਼ੀ ਇਹੋ ਜਗ ਸਕਲੋ ਅਸਲ ਜਿਹੜੀ। ਹਾਂ, ਇੱਕ ਗੱਲ ਤੁਹਾਡੀ ਹੋਰ ਗੱਲ ਯਾਦ ਆਈ ਵੀ ਅਸਲ 'ਚ ਨਾ ਬੰਦੇ ਦੀਆਂ ਅੱਖਾਂ ਦੇਖੋ, ਪ੍ਰਚਾਰਕ ਦੇ ਨਾਂ ਦਾ ਕੱਪੜੇ ਦੇਖੋ, ਉਹਦੀਆਂ ਅੱਖਾਂ ਦੇਖੋ, ਜੇ ਉਹਦੇ, ਕਿਉਂਕਿ ਅੱਖਾਂ ਦੇ ਰਾਹੀਂ ਮਨ ਦੀ ਅੰਦਰਲੀ, ਤੁਸੀਂ ਸੰਤ ਜਰਨੈਲ ਸਿੰਘ ਦੀਆਂ ਅੱਖਾਂ ਦੇਖ ਲਿਓ, ਤੁਸੀਂ ਸੰਤ ਸਿੰਘ ਮਸਕੀਨ ਜੀ ਦੀਆਂ ਅੱਖਾਂ ਵੇਖ ਲਿਓ, ਤੁਸੀਂ ਕਥਾ ਸੁਣਨ ਤੋਂ ਪਹਿਲਾਂ ਅੱਖਾਂ ਵੇਖੋ ਉਹਦੀਆਂ ਗਹਿਰਾਈ ਦੇ ਨਾਲ, ਜੇ ਉਹ ਅੱਖਾਂ ਟਿਕਾ ਹੀ ਨਹੀਂ ਸਕੂਗਾ। ਕੀ ਦੇਖੋ ਅੱਖਾਂ ਦੇ ਵਿੱਚ, ਕੀ ਦੇਖਣਾ ਚਾਹੀਦਾ? ਹਾਂਜੀ, ਅੱਖਾਂ ਦੇ ਵਿੱਚ ਕੀ ਦੇਖਣਾ ਚਾਹੀਦਾ, ਕਿਵੇਂ ਪਤਾ ਲੱਗੇ, ਕਿਵੇਂ ਦੇਖੀਆਂ ਜਾਣ ਅੱਖਾਂ? ਜੇ ਕਿਉਂਕਿ ਕਬੀਰ ਜੀ ਇਹੀ ਨਿਸ਼ਾਨੀ ਦੱਸਦੇ ਆ ਵੀ ਨੈਣ ਰਹੇ ਰੰਗ ਲਾਈ, ਅਬ ਬੇਗਲ ਕਿਛ ਕਹਿਣ ਨਾ ਜਾਈ, ਵੀ ਮੈਂ ਹੋਰ ਕੋਈ ਗੱਲ ਨਹੀਂ ਦੱਸਦਾ, ਵੀ ਅੱਖਾਂ ਹੀ ਦੱਸਣਗੀਆਂ। ਠੀਕ ਹੈ, ਕਿਉਂਕਿ ਤੁਸੀਂ, ਆਪਾਂ ਬੰਦਿਆਂ ਨੂੰ ਵੈਸੇ ਵੀ ਪਰਖਦੇ ਹਾਂ, ਆਪਾਂ ਪਿੰਡਾਂ 'ਚ ਕਹਿੰਦੇ ਆ ਵੀ ਯਾਰ ਇਹਦੀ ਅੱਖ ਠੀਕ ਨਹੀਂ ਹੈਗੀ, ਪ੍ਰਚਾਰਕ ਦੀ ਵੀ ਗਹਿਰਾਈ ਦੇ ਨਾਲ ਤੁਸੀਂ ਅੱਖਾਂ ਵਾਚੋ, ਜੇ ਉਹਦੇ ਅੰਦਰ ਵਿਕਾਰ ਨੇ, ਜੇ ਉਹਦੇ ਅੰਦਰ ਲੋਭ ਹੈ, ਤਾਂ ਉਹਦੀਆਂ ਅੱਖਾਂ ਦੱਸਣਗੀਆਂ ਤੁਹਾਨੂੰ ਖੁਦ ਸਮਝ, ਖੁਦ ਬਾ ਖੁਦ। ਉਹ ਪ੍ਰੋਫੈਸਰ ਮੋਹਨ ਸਿੰਘ ਹੈ, ਉਹ ਵੀ ਉਹਨੇ ਇੱਕ ਕਵਿਤਾ ਲਿਖੀ ਹੈ ਵੀ ਆਏ ਨੈਣਾਂ ਦੇ ਬਣਜਾਰੇ, ਵੀ ਜਿਹੜਾ ਗੁਰੂ ਨੂੰ ਉਹ ਕਹਿੰਦਾ ਵੀ ਅੱਖਾਂ ਦੇਣ ਆਇਆ ਹੈ, ਅਤੇ ਉਹ ਕਹਿੰਦਾ ਵੀ ਪਰ ਇਹ ਉਹ ਲੰਬੀ ਚੌੜੀ ਕਵਿਤਾ, ਉਹ ਵੀ ਉਹ ਕਹਿੰਦਾ ਇੱਕ ਹੱਥ ਦਿੰਦੇ ਇੱਕ ਹੱਥ ਲੈਂਦੇ, ਡਾਢੇ ਬੇਅਤਬਾਰੇ, ਵੀ ਆਪਣੀ ਮਤ ਦੇਣੀ ਪੈਂਦੀ ਹੈ, ਗੁਰੂ ਦੀ ਮਤ ਲੈਣੀ ਪੈਂਦੀ, ਅੱਖਾਂ ਬਦਲ ਜਾਂਦੀਆਂ ਉਹਦੇ ਨਾਲ। ਠੀਕ ਹੈ, ਬੜੀ ਗਹਿਰਾਈ ਦੇ ਨਾਲ ਟਿਕ ਟਿਕੀ ਲਾ ਕੇ ਅੱਖਾਂ ਦੇਖੋ, ਉਹਦੇ ਵਿੱਚ ਉਹ ਇੱਕ ਨਿਸ਼ਾਨੀ ਕਹਿੰਦਾ, ਖਰੇ ਨੈਣਾਂ ਦੀ ਇੱਕ ਨਿਸ਼ਾਨੀ ਦੱਸੀ ਮੈਨੂੰ ਮੁਰਸ਼ਦ ਜਾਨੀ, ਜਿੰਨੇ ਭੋਲੇ ਉਨੇ ਸੋਹਣੇ, ਜਿੰਨੇ ਨੀਵੇਂ ਉਨੇ ਪਿਆਰੇ, ਜਿੰਨਾ ਅੰਦਰ ਬਾਣੀ ਦੇ ਸਦਕਾ ਭੋਲਾਪਣ ਹੋਊਗਾ, ਜਿੰਨੀ ਨਿਮਰਤਾ ਹੋਊਗੀ, ਅੱਖਾਂ ਦੀ ਉਹਦੀ ਵਰਾਇਟੀ ਵੱਖਰੀ ਹੋਊਗੀ। ਤੁਸੀਂ ਪਿੰਡ ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ, ਔਰ ਅੱਖਾਂ ਬਣ ਹੀ ਨਹੀਂ ਸਕਦੀਆਂ, ਗੁਰੂ ਸਾਹਿਬਾਨਾਂ ਦੀਆਂ ਜੇ ਤੁਸੀਂ ਤਸਵੀਰਾਂ ਵੀ ਬਣਾ ਲਓਗੇ ਨਾ, ਬਾਕੀ ਤਸਵੀਰ ਦੇ ਨਾਲ ਸਹਿਮਤ ਹੋਣਾ ਇੱਕ ਪੱਖ ਤੋਂ ਇਹ ਕਾਰਨ ਹੈ ਵੀ ਅੱਖ ਨਹੀਂ ਬਣ, ਅੱਛਾ ਜੀ, ਬਾਕੀ ਸਾਰਾ ਸਰੀਰ ਬਣਾਇਆ ਜਾ ਸਕਦਾ ਅੱਖ ਕਿਸੇ, ਠੀਕ ਹੈ, ਤੁਸੀਂ ਫੋਟੋ ਖਿੱਚਦੀ ਤਾਂ ਫੋਟੋ ਦੇ ਵਿੱਚ ਅੱਖ ਆਊ, ਤੁਸੀਂ ਪ੍ਰਚਾਰਕਾਂ ਦੀਆਂ ਅੱਖਾਂ ਦੇ ਨਾਲ
ਦੋ ਬਾਣੇ ਬਜਾਣੇ ਦੀਆਂ ਅੱਖਾਂ ਮਿਲਾ ਕੇ ਦੇਖੋ, ਤੁਹਾਨੂੰ ਪਤਾ ਚੱਲੂ ਵੀ ਕਿੰਨਾ ਫਰਕ। ਮਤਲਬ ਜਿਹੜਾ ਪ੍ਰਚਾਰਕ ਹੈ ਅੰਦਰੋਂ ਆਪ ਉਹਦੇ 'ਚ ਕੋਈ ਕਮਜ਼ੋਰੀ ਆ, ਉਹ ਸੰਗਤ ਨਾਲ ਅੱਖ ਨਹੀਂ ਮਿਲਾ ਸਕੂਗਾ ਜਾਂ ਕੀ ਕਾਰਨ? ਹਾਂ, ਅੱਖ ਨਹੀਂ ਮਿਲਾ ਸਕੂਗਾ। ਤੁਸੀਂ ਪੂਰਾ ਉਹਦੇ ਸਾਹਮਣੇ ਅੱਖਾਂ 'ਚ ਅੱਖਾਂ ਟਿਕਾ ਕੇ ਬੈਠ ਜਾਓ, ਠੀਕ ਹੈ? ਉਹਦੀ ਉਹਨੂੰ ਪਤਾ ਚੱਲ ਜੂ ਵੀ ਮੈਨੂੰ ਇਹ ਅੱਖਾਂ, ਮੇਰੇ ਅੱਖਾਂ ਦੇ ਰਾਹੀਂ ਮੈਨੂੰ ਅੰਦਰੋਂ ਪੜ ਰਹੇ ਆ, ਠੀਕ ਹੈ? ਅਤੇ ਉਹ ਖੁਦ ਹੀ ਇਸ ਚੀਜ਼ ਤੋਂ ਡਰੂਗਾ, ਉਹਨੂੰ ਪਤਾ ਚੱਲ ਜੂ ਵੀ ਇਹ ਬੰਦਾ ਮੈਨੂੰ ਅੰਦਰੋਂ ਜਾਣਨ ਦੀ ਕੋਸ਼ਿਸ਼ ਕਰ ਰਿਹਾ। ਬੰਦੇ ਮੰਨਣ ਲੱਗ ਪੈਣ, ਠੀਕ ਹੈ। ਆਪਾਂ ਆਖਿਰ ਦੇ ਵਿੱਚ ਤੁਹਾਨੂੰ ਇਹੀ ਪੁੱਛਣਾ ਚਾਹਾਂਗੇ, ਮੈਂ ਕੋਈ ਸਵਾਲ ਨਾ ਪੁੱਛਿਆ ਵੀ, ਲੇਕਿਨ ਇਹ ਜਿਹੜਾ ਪੂਰੇ ਪੰਥ ਦਾ ਮਸਲਾ ਆ ਜੋ ਇਸ ਵੇਲੇ, ਕਿਉਂਕਿ ਜਿਨ੍ਹਾਂ ਨੇ ਦੁਨੀਆਂ ਨੂੰ ਸੰਗਤਾਂ ਨੂੰ ਸਮਝਾਉਣਾ ਆ, ਪ੍ਰਚਾਰਕਾਂ ਨੇ, ਉਹੋ ਹੀ ਇਸ ਵੇਲੇ ਮਤਲਬ ਕੌਮ ਲਈ ਇੱਕ ਮਸਲਾ ਬਣਿਆ ਹੋਇਆ, ਇਹ ਕਿੱਦਾਂ ਹੱਲ ਹੋ ਸਕਦਾ, ਇਹਨੂੰ ਕਿੱਦਾਂ ਹੱਲ ਕਰਕੇ ਅੱਗੇ ਤੁਰਿਆ ਜਾ ਸਕਦਾ, ਇਹਦੇ ਬਾਰੇ ਜ਼ਰੂਰ ਦੱਸੋ। ਬਸ ਜੀ, ਉਹ ਭਾਈ ਗੁਰਦਾਸ ਜੀ ਇਹ ਕਹਿੰਦੇ ਆ ਵੀ ਜਿਹੜੇ ਜਿਹੜਾ ਸਿਮਰਨ ਵਾਲੀ ਚੀਜ਼ ਹੈ ਉਹ ਤਾਂ ਗਰੜ ਪੰਖ ਹੈ, ਠੀਕ। ਅਤੇ ਜਿਹੜਾ ਜਿਵੇਂ ਦੀ ਗਰੜ ਪੰਛੀ ਹੋਵੇ, ਅਤੇ ਜਿਹੜਾ ਬਿਨਾਂ ਸਿਮਰਨ ਤੋਂ ਹੈ ਇਹ ਇਸ ਤਰ੍ਹਾਂ ਦੇ ਨਾਲ ਹੈ ਵੀ ਜਿਵੇਂ ਦੀ ਸੱਪ, ਠੀਕ। ਵੀ ਜੇ ਤਾਂ ਗਰੜ ਪੰਛੀ ਨਹੀਂ ਹੈ ਉਦੋਂ ਤਾਂ ਸੱਪ ਨਿਕਲਦੇ ਨੇ ਬਾਹਰ, ਠੀਕ ਹੈ। ਅਤੇ ਜੇ ਗਰੜ ਪੰਛੀ ਆ ਜੇ ਫਿਰ ਗਰੜ ਨੂੰ ਤਾਂ ਦੇਖ ਕੇ ਉਹ ਕਹਿੰਦੇ ਜਿਵੇਂ ਦੀ ਸੱਪ ਖੁੱਡਾਂ 'ਚ ਵੜਦੇ ਆ ਨਾ, ਵੀ ਜਦੋਂ ਅਨੁਭਵੀ ਪੁਰਸ਼ ਹੁੰਦੇ ਆ। ਹੁਣ ਤੁਸੀਂ ਦੇਖ ਲਓ ਵੀ ਜਦੋਂ ਸੰਤ ਜਰਨੈਲ ਸਿੰਘ ਸੀਗੇ ਉਦੋਂ ਕੋਈ ਮਸਲੇ ਨਹੀਂ ਉੱਠਦੇ ਇਸ ਤਰ੍ਹਾਂ ਦੇ, ਮਤਲਬ ਜਿੰਨੀ ਦੇਰ ਤਾਈਂ ਮਸਕੀਨ ਜੀ ਰਹੇ ਹੈ ਉਨੀ ਦੇਰ ਤਾਈਂ ਵੀ ਪੰਥ ਦੇ ਵਿੱਚ ਬੜੀ ਸ਼ਾਂਤੀ ਲੱਗਦੀ ਸੀ। ਉਹਨਾਂ ਦੇ ਜਾਣ ਚਲਾਣੇ ਕਰਨ ਤੋਂ ਬਾਅਦ ਨਾ ਅਨੁਭਵੀ ਜਿਹੜੀ ਚੀਜ਼ ਹੈ ਉਹ ਨਜ਼ਰ ਨਹੀਂ ਪੈਂਦੀ, ਇਸ ਕਰਕੇ ਉਹ ਕੁਦਰਤ ਗੁਰੂ ਪ੍ਰਗਟ ਕਰੇ, ਗੁਰੂ ਕਿਰਪਾ ਕਰੇ ਐਸੇ ਮਨੁੱਖਾਂ 'ਤੇ ਜਿਨ੍ਹਾਂ ਨੂੰ ਵਾਕਈ ਅਨੁਭਵੀ ਜਿਹਨੂੰ ਕਹਿੰਦੇ ਨੇ ਵੀ ਦੇਖੋ ਭਾਈ ਗਿਆਨ ਕੀ ਆਈ ਆਉਂਦੀ। ਹੁਣ ਉਹ ਕਬੀਰ ਜੀ ਵਾਲੀ ਜਿਹੜੀ ਆਉਂਦੀ ਆਵੇ, ਠੀਕ, ਅਤੇ ਉਹਦੇ ਵਿੱਚ ਅੱਖਾਂ ਬੰਦ ਹੋ ਜਾਂਦੀਆਂ ਨੇ, ਅਤੇ ਇਸ ਤਰ੍ਹਾਂ ਦੇ ਨਾਲ ਨਾ ਉਸ ਆਂਧੀ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਸਾਰੇ ਅੰਦਰ ਵੜ ਜਾਂਦੇ ਨੇ, ਸ਼ਾਂਤੀ ਤਾਂ ਹੀ ਵਾਪਰਦੀ। ਠੀਕ ਹੈ ਗਿਆਨੀ ਜੀ, ਆਵਾਜ਼ ਕੌਮ ਟੀਵੀ ਵੱਲੋਂ ਤੁਹਾਡਾ ਜਿਹੜਾ ਤੁਸੀਂ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦੀ ਹਾਂ। ਆਖਿਰ ਦੇ ਵਿੱਚ 6 ਜੂਨ ਦਾ ਸਮਾਗਮ ਵੀ ਆ ਰਿਹਾ, ਅਤੇ ਆਵਾਜ਼ ਕੌਮ ਟੀਵੀ ਵੱਲੋਂ 2 ਜੂਨ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਜਿਹੜਾ ਰੋਡੇ ਪਿੰਡ ਦੇ ਵਿੱਚ 31 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਕੇ ਜਿਹੜਾ ਦਮਦਮੀ ਟਕਸਾਲ ਵੱਲੋਂ ਹੀ ਮਨਾਇਆ ਜਾ ਰਿਹਾ, ਉਹ ਅਖੰਡ ਪਾਠ ਸਾਰਾ ਹੀ ਅਸੀਂ ਦੁਨੀਆਂ ਦੇ ਵਿੱਚ ਲਾਈਵ ਦਿਖਾਉਣ ਜਾ ਰਹੇ ਹਾਂ ਆਵਾਜ਼ ਕੌਮ ਟੀਵੀ ਵੱਲੋਂ। ਅਤੇ ਆਵਾਜ਼ ਕੌਮ ਟੀਵੀ ਬਾਰੇ ਅਤੇ ਜਿਹੜਾ ਅਖੰਡ ਪਾਠ ਸਾਹਿਬ ਲਾਈਵ ਹੋਣਾ, ਇਹਦੇ ਬਾਰੇ ਕੁਝ ਕਹਿਣਾ ਚਾਹੋਗੇ? ਨਹੀਂ, ਬੜੀ ਵਧੀਆ ਚੀਜ਼ ਹੈ ਜੀ, ਵੀ ਜਿਹੜਾ ਤੁਸੀਂ ਉਹ ਦਿਨਾਂ ਦੇ ਵਿੱਚ ਬੰਦਾ ਭਾਵੁਕ ਹੁੰਦਾ ਵੀ ਅਖੰਡ ਪਾਠ ਸਾਹਿਬ ਲਾਈਵ ਦਿਖਾਉਣਾ, ਹਾਂਜੀ, ਚੰਗੀ ਉਪਰਾਲਾ ਹੈ ਵੀ ਸਾਰੇ ਬਾਣੀ ਨੂੰ ਸੁਣਨ, ਠੀਕ, ਔਰ ਸੁਣਨ ਦੇ ਨਾਲ ਹੀ ਸਾਰਾ ਕੁਝ ਅੰਦਰਲੀ ਖੇਡ ਬਦਲਣੀ ਹੈ, ਜਿੰਨੀ ਗਹਿਰਾਈ ਦੇ ਨਾਲ, ਜਿੰਨੇ ਟਿਕਾ ਦੇ ਨਾਲ ਸੁਣਨ, ਠੀਕ ਹੈ। ਅਤੇ ਆਵਾਜ਼ ਕੌਮ ਟੀਵੀ ਹਰ ਪ੍ਰਚਾਰਕ ਨੂੰ, ਜਿਵੇਂ ਤੁਹਾਨੂੰ ਮੌਕਾ ਦਿੱਤਾ, ਅਸੀਂ ਹਰ ਪ੍ਰਚਾਰਕ ਨੂੰ ਚਾਹੁੰਦੇ ਹਾਂ ਕਿ ਉਹ ਆਪਣਾ ਜ਼ਰੂਰ ਸਮਾਂ ਦੇਣ, ਅਤੇ ਜਿਹੜੇ ਵੀ ਉਹਨਾਂ ਦੇ ਵਿਚਾਰ ਹੋ ਆਵਾਜ਼ ਕੌਮ ਟੀਵੀ 'ਤੇ ਦੇ ਸਕਦੇ ਹੋ, ਆਵਾਜ਼ ਕੌਮ ਟੀਵੀ ਬਾਰੇ ਕੁਝ ਕਹਿਣਾ ਚਾਹੋਗੇ? ਨਹੀਂ, ਬੜੀ ਚੰਗੀ ਗੱਲ ਹੈ, ਕਿਉਂਕਿ ਜ਼ਿਆਦਾਤਰ ਜਿਹੜੇ ਚੈਨਲ ਨੇ ਉਹ ਰੂਟੀਨ ਵਾਈਜ਼ ਹੀ ਉਹ ਚੱਲਦੇ ਰਹਿੰਦੇ ਨੇ, ਨਵੇਂ ਤੋਂ ਨਵਾਂ ਉਪਰਾਲਾ ਕਰਨਾ, ਸਾਰੇ ਪ੍ਰਚਾਰਕਾਂ ਨੂੰ ਲੈ ਕੇ ਆਉਣਾ, ਸਾਰਿਆਂ ਦੇ ਵਿਚਾਰ ਸੁਣਨੇ, ਚੰਗੀ ਗੱਲ ਹੈ ਵੀ ਚੰਗੇ ਅੰਦਰ ਅਗਲਾ ਬੇਖੌਫ ਹੋ ਕੇ ਆਪਣੇ ਵਿਚਾਰ ਰੱਖੇ ਸੰਗਤਾਂ ਦੇ ਵਿੱਚ, ਪ੍ਰਚਾਰਕਾਂ ਦੇ ਵਿਚਾਰਾਂ ਨਾਲ ਹੀ ਦੁਬਧਾ ਮਿਟਣੀ, ਵੀ ਉਹ ਆਪਣੀ ਗੱਲ ਪੂਰੀ ਤਰ੍ਹਾਂ ਨਾਲ ਖੁੱਲ੍ਹ ਕੇ ਰੱਖਣ। ਚੰਗੀ ਗੱਲ ਹੈ ਵੀ ਜੇ 2-2 ਜਾਣੇ ਪ੍ਰਚਾਰਕਾਂ ਦੇ ਆਪਸ ਦੇ ਵਿੱਚ ਵਿਚਾਰ ਹੋਵੇ ਇਸ ਤਰ੍ਹਾਂ ਨਾਲ ਟੀਵੀ ਦੇ ਉੱਪਰ, ਵੀ ਸੰਗਤ ਦੇ ਵਿੱਚ ਇਸ ਤਰ੍ਹਾਂ ਨਾਲ ਦੁਬਧਾ ਮਿਟੇ।
ਠੀਕ ਹੈ ਜੀ, ਅਸੀਂ ਤੁਹਾਡੇ ਰਾਹੀਂ ਵੀ ਇਹ ਸੁਨੇਹਾ ਦਿੰਦੇ ਹਾਂ। ਇੱਕ ਵਾਰੀ ਫਿਰ ਮੈਂ ਆਵਾਜ਼ ਕੌਮ ਟੀਵੀ ਦੇ ਪੂਰੀ ਮੈਨੇਜਮੈਂਟ ਵੱਲੋਂ ਪ੍ਰਬੰਧਕਾਂ ਵੱਲੋਂ ਇਹ ਸੁਨੇਹਾ ਦਿੰਦਾ ਸਾਰੇ ਹੀ ਪ੍ਰਚਾਰਕਾਂ ਨੂੰ, ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਚਾਰ ਰੱਖਦੇ ਹੋ, ਆਵਾਜ਼ ਕੌਮ ਟੀਵੀ ਦੇ ਤੁਹਾਨੂੰ ਜ਼ਰੂਰ ਮੌਕਾ ਦਿੱਤਾ ਜਾਵੇਗਾ, ਆਪਣੇ ਵਿਚਾਰ ਰੱਖ ਸਕਦੇ ਹੋ। ਅਤੇ ਤੁਸੀਂ ਕਿਤੇ ਵੀ ਦੁਨੀਆ ਦੇ ਵਿੱਚ ਰਹਿੰਦੇ ਹੋ, ਉੱਥੋਂ ਤੁਹਾਨੂੰ ਲਾਈਵ ਜਿਹੜਾ ਆਵਾਜ਼ ਕੌਮ ਟੀਵੀ ਦੇ ਉੱਪਰ ਲਿਆ ਜਾ ਸਕਦਾ। ਸੋ ਮੈਂ ਆਖਿਰ ਦੇ ਵਿੱਚ ਜਿਹੜਾ ਤੁਸੀਂ ਸਮਾਂ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਮੈਂ ਕੋਈ ਗੱਲ ਨਾ ਪੁੱਛੀ ਹੋਵੇ ਤੁਸੀਂ ਕਹਿਣਾ ਚਾਹੁੰਦੇ ਹੋ, ਜ਼ਰੂਰ ਆਖਰ ਦੇ ਵਿੱਚ ਕਹਿ ਸਕਦੇ। ਨਹੀਂ, ਤੁਸੀਂ ਬੜੇ ਵਧੀਆ ਸਵਾਲ ਪੁੱਛੇ ਆ ਭਾਈ ਸਾਹਿਬ, ਪੰਥਕ ਮਸਲਿਆਂ ਦੇ ਵਾਸਤੇ। ਅਖੀਰ ਦੇ ਵਿੱਚ ਤਾਂ ਬਸ ਉਹ ਜਿਵੇਂ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧਾਂ ਨੂੰ ਕਹਿੰਦੇ ਨੇ ਵੀ ਸ਼ਬਦ ਹੈ ਕੰਨ ਬੇੜਾ ਸੁਣ ਤੂੰ ਉਦੂ ਬਿਨ ਨਾਵੈ ਜੋਗ ਨਾ ਹੋਈ, ਵੀ ਜਪ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਗਿਆਨ ਹੈ ਉਹ ਸਿਵਾਏ ਬੋਝ ਤੋਂ ਕੁਝ ਵੀ ਨਹੀਂ ਹੈ। ਇਸ ਕਰਕੇ ਵੀ ਜਿਹੜੇ ਵੀ ਸਿੱਖ ਨੇ ਕਿਧਰੇ ਵੀ ਬੈਠੇ, ਅੰਮ੍ਰਿਤ ਵੇਲੇ ਉੱਠੇ, ਚਾਹੇ ਇੱਕ ਹੋ ਸਕੇ ਤਾਂ ਜਿਵੇਂ ਦੀ ਪੁਰਾਣੇ ਅਨੁਭਵੀ ਪੁਰਸ਼ ਕਹਿੰਦੇ ਵੀ ਕਮ ਸੇ ਕਮ 15 ਮਿੰਟ ਗੁਰਮੰਤਰ ਜ਼ਰੂਰ ਸਿਮਰੇ, ਉਸ ਤੋਂ ਬਾਅਦ ਨਿਤਨੇਮ ਕਰੇ, ਇਸ਼ਨਾਨ ਕਰਕੇ ਗੁਰਮੰਤਰ ਸਿਮਰੇ, ਉਸ ਤੋਂ ਬਾਅਦ ਨਿਤਨੇਮ ਕਰੇ, ਅੱਖਾਂ ਬੰਦ ਕਰੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।